सो हुण जिहड़े बाकी दे 30 स्टूडेंट ने उह उहनां नूं पास करता जां नहीं? नहीं, उन्हां नूं हजे पास नहीं कीता। उन्हां नूं कहिंदे जी तुहाडी रीवैल्यूएशन हो रही है। जां जिहड़े 100 स्टूडेंट पास कीते सीगे उहनां दे विच कईआं नूं लैटर ऑफ ऑफेंस देता। 12 स्टूडेंट ने उहनां विचों जिहनां नूं लैटर ऑफ ऑफेंस आया वी तुसीं चीटिंग कीती है, ते उहनां नूं फेल पास करके फिर फेल करता। सो तुहानूं लगदा है कि इह एफर्ट इस करके कीती जा रही है कि यूनिवर्सिटी दोबारा पैसे बनावे उन्हां तों, या कि वाकई किसी ने नकल मारी होनी? एक स्टूडेंट की फीस नॉर्मल, सबली की फीस 13-14 सौ होंगे नॉर्मल कॉलेज की, ये 3500 लै रहे हैं। वो पंजाब यूनिवर्सिटी तो MBA की टॉपर ने, उन्होंने उत्थे टॉप किया, उन्होंने भी यूनिवर्सिटी लैवल के उत्ते, तो उन्होंने दोस्त पता IT का पिछले एक्सपीरियंस भी है। वो कहते कि टॉपर होने के बावजूद इतने मैंने 0 मार्क्स दे के पास किया गया, भी मैं चैलेंज कर दी हूँ, मेरे सामने मेरा पेपर दिखाया जाए। सो जे विद्यार्थी चाहे तो दूजे कॉलेज जा सकता, पहले तो फीस वापस ले सकता। 100% ਲੱਗ ਸਕਦਾ ਹੈ ਅਗਰ ਉਹਨੇ ਓਰੀਐਂਟੇਸ਼ਨ ਅਟੈਂਡ ਨਹੀਂ ਕੀਤੀ ਤਾਂ ਕਰਕੇ, ਔਰ ਅਗਰ ਉਹ ਫਿਰ ਪਰੇ ਕਰਨ ਲਈ ਹੁੰਦੇ ਡਾ ਦਿੰਦੇ ਨਾ ਕਿ ਉਹਨੂੰ ਕਿ ਬੰਦਾ ਨਾ ਉਹ ਜਾਣ ਚੁੱਕਾ ਨਾ ਉਹ ਪੈਸੇ ਮੰਗਣ ਚੁੱਕਾ ਰੱਖ ਲਓ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਹੋਇਆ ਇਸ ਤਰ੍ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਇੱਥੇ ਪੜ੍ਹਨ ਆਉਂਦੇ ਨੇ, ਭਾਵੇਂ ਉਹ ਕਾਲਜਿਸ ਦੇ ਵਿੱਚ ਪੜ੍ਹਦੇ ਨੇ ਜਾਂ ਉਹ ਪੜ੍ਹਦੇ ਨੇ ਯੂਨੀਵਰਸਿਟੀਜ਼ ਦੇ ਵਿੱਚ, ਤਾਂ ਉਹਨਾਂ ਸਟੂਡੈਂਟਸ ਦੀ ਫੀਸ ਜਿਹੜੀ ਆ ਉਹ ਬਹੁਤ ਜ਼ਿਆਦਾ ਹੈ। ਇੱਥੋਂ ਦਾ ਜਿਹੜਾ ਇਮੀਗ੍ਰੈਂਟ ਜਾਂ ਸਿਟੀਜ਼ਨ ਸਟੂਡੈਂਟ ਹੈ ਉਸ ਦੇ ਨਾਲੋਂ ਤਕਰੀਬਨ 3-4 ਗੁਣਾ ਜ਼ਿਆਦਾ ਫੀਸ ਉਸ ਨੂੰ ਦੇਣੀ ਪੈਂਦੀ ਹੈ। ਸੋ ਹੁਣ ਸਕੂਲ ਆ ਜਿਹੜਾ ਕੁਈਨਸ ਅਤੇ ਮੇਨ ਸਟਰੀਟ ਦੇ ਉੱਤੇ ਬਰੈਂਪਟਨ ਦੇ ਵਿੱਚ ਇੱਕ ਕੈਂਪਸ ਹੈ ਯੂਨੀਵਰਸਿਟੀ ਦਾ, ਔਰ ਉਸ ਕੈਂਪਸ ਦੇ ਵਿੱਚ IT ਦੇ ਕੋਰਸਿਸ ਕਰਵਾਏ ਜਾਂਦੇ ਨੇ, ਅਤੇ ਉਸ ਕੋਰਸਿਸ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਬੜੇ ਲਾਇਕ ਵਿਦਿਆਰਥੀ ਵੀ ਨੇ, ਜਿਹੜੇ ਕਿ ਕੁਛ ਲੋਕ ਦੂਸਰੇ ਮੁਲਕਾਂ ਤੋਂ ਆਏ ਨੇ, ਭਾਰਤ ਦੇ ਵਿੱਚੋਂ ਵੀ ਆਏ ਨੇ, ਅਤੇ ਉਹ ਜਿਹੜੇ ਨੇ ਬਹੁਤ ਚੋਟੀ ਦੇ ਟੌਪਰ ਨੇ, ਜਿਹੜੇ ਵਜ਼ੀਫੇ ਜਿੱਤਦੇ ਆਏ ਨੇ, ਜਿਨ੍ਹਾਂ ਲੋਕਾਂ ਨੇ ਕੰਪੀਟੀਸ਼ਨ ਦੇ ਵਿੱਚ ਬਹੁਤ ਸਾਰੇ ਤਗਮੇ ਹਾਸਿਲ ਕੀਤੇ ਹੋਏ ਨੇ, ਉਹ ਹੁਣ ਕੈਨੇਡੀਅਨ ਐਜੂਕੇਸ਼ਨ ਲਈ ਇਸ ਯੂਨੀਵਰਸਿਟੀ ਦੇ ਵਿੱਚ ਜਾ ਰਹੇ ਹਨ। ਉਹਨਾਂ ਦੀ ਬੜੀ ਮਾਯੂਸੀ ਉਹਨਾਂ ਨੂੰ ਹੋਈ ਕਿ ਉਹਨਾਂ ਦੀ ਜਿਹੜੀ ਕਲਾਸ ਸੀ ਤਕਰੀਬਨ ਅੱਧੇ ਤੋਂ ਵੱਧ ਕਲਾਸ ਸੀ ਉਹ ਫੇਲ ਕਰ ਦਿੱਤਾ। ਪਹਿਲੀ ਵਾਰੀ ਫੇਲ ਕੀਤਾ ਤਾਂ ਕੋਈ ਗੱਲ ਬਹੁਤੀ ਚੁਭੀ ਨਾ, ਫਿਰ ਦੁਬਾਰਾ ਇਗਜ਼ਾਮ ਹੋਇਆ, ਦੁਬਾਰਾ ਫੇਰ ਉਹਨਾਂ ਨੇ ਅੱਧੀ ਤੋਂ ਬਹੁਤੀ ਕਲਾਸ ਸੀ ਜਿਹੜੀ ਉਹ ਫੇਲ ਕਰ ਦਿੱਤੀ। ਅਲਗੋਮਾ ਯੂਨੀਵਰਸਿਟੀ ਜਿਹੜੀ ਹੈ ਉਸ ਦੇ ਗ੍ਰੇਡਸ ਕਿਵੇਂ ਵੈਲਿਊਏਟ ਕੀਤੇ ਜਾਂਦੇ ਨੇ ਇਸ ਬਾਰੇ ਬਰੈਂਪਟਨ ਕੈਂਪਸ ਦੇ ਵਿੱਚ ਗੱਲਬਾਤ ਸ਼ੁਰੂ ਹੋ ਗਈ। ਵਿਦਿਆਰਥੀਆਂ ਨੇ ਕੁਸਰ ਮੁਸਰ ਕਰਨੀ ਸ਼ੁਰੂ ਕਰ ਦਿੱਤੀ। ਅਖੀਰ ਜਦੋਂ ਗੱਲ ਪਤਾ ਲੱਗੀ ਕਿ ਇਹ ਜਿਹੜੇ ਪੇਪਰ ਜਿਹੜਾ ਇਗਜ਼ਾਮ ਦਿੱਤਾ ਸੀ ਉਹ ਕਹਿੰਦੇ ਕਿ ਸਾਨੂੰ ਦਿਖਾਓ ਵਿੱਚ ਕਈ ਇਹੋ ਜਿਹੇ ਵਿਦਿਆਰਥੀ ਅਤੇ ਵਿਦਿਆਰਥਣਾਂ ਸਨ ਜਿਹੜੇ ਕਿ ਐਕਡੈਮਿਕਲੀ ਬੜੇ ਸ਼ਾਰਪ ਸੀ, ਉਹਨਾਂ ਦੇ ਇਹ ਤਾਂ ਹੋ ਸਕਦਾ ਕਿ ਨੰਬਰ ਘੱਟ ਆ ਜਾਂਦੇ ਪਰ ਉਹ ਫੇਲ ਨਹੀਂ ਸਨ ਹੋ ਸਕਦੇ। ਉਹ ਕਹਿੰਦੇ ਕਿ ਸਾਨੂੰ ਦਿਖਾਓ ਤੁਸੀਂ ਫੇਲ ਕਿਵੇਂ ਕੀਤਾ। ਹੁਣ ਜਦੋਂ ਇਹ ਦਿਖਾਉਣ 'ਤੇ ਗੱਲ ਆ ਗਈ ਤਾਂ ਫਿਰ ਉਹ ਜਰਕਣ ਲੱਗ ਪਏ। ਇੰਟੈਗਰਿਟੀ ਅਤੇ ਫੇਅਰਨੈਸ ਦੀ ਗੱਲਬਾਤ ਚੱਲੀ ਕਿ ਤੁਸੀਂ ਇਮਾਨਦਾਰੀ ਨਾਲ ਸਾਨੂੰ ਦੱਸੋ ਕਿ ਕਿਹੜੇ ਕਿਹੜੇ ਵਿਦਿਆਰਥੀ ਕਿਵੇਂ ਕਿਵੇਂ ਫੇਲ ਹੋਏ ਨੇ, ਇਗਜ਼ਾਮ ਦੇ ਵਿੱਚ ਕੀ ਗਲਤੀਆਂ ਕੀਤੀਆਂ ਨੇ, ਸਾਨੂੰ ਦਿਖਾਓ ਤਾਂ ਸਹੀ। ਇਹ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਔਰ ਇਹ ਸਟੂਡੈਂਟਸ ਦੇ ਜਿਹੜੇ ਸੁਜੈਸ਼ਨ ਸਨ ਪਹਿਲਾਂ ਪਹਿਲ ਤਾਂ ਉਹਨਾਂ ਨੇ ਲਏ ਨਹੀਂ, ਫਿਰ ਜਦੋਂ ਜ਼ੋਰ ਵੱਧ ਗਿਆ ਤਾਂ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਅਤੇ ਸਾਰੀ ਦੀ ਸਾਰੀ ਕਲਾਸ ਜਿਹੜੀ ਸੀ ਉਹ ਕਿਵੇਂ ਪਾਸ ਕਰ ਦਿੱਤੀ ਗਈ, ਇਸ ਦੇ ਬਾਰੇ ਵੀ ਪਿਛਲੇ ਹਫ਼ਤੇ ਹੁਣ 230 ਸਟੂਡੈਂਟ ਸੀ, ਮਜੋਰਿਟੀ ਜਿਹੜੀ ਸੀ ਉਹਨਾਂ ਦੀ ਉਹ ਇੰਡੀਆ 'ਚੋਂ ਆਏ ਸਨ। $3500 ਜਿਹੜੀ ਆ ਇੱਕ ਵਿਦਿਆਰਥੀ ਦੀ ਫੀਸ ਦੱਸੀ ਗਈ ਆ। ਹੁਣ ਜਦੋਂ ਫੇਲ ਹੋ ਜਾਂਦਾ ਕੋਈ ਵਿਦਿਆਰਥੀ ਤਾਂ ਫੀਸ ਫਿਰ ਦੇਣੀ ਪੈਂਦੀ ਹੈ ਸਾਰੇ ਇਕੱਲੇ ਇਕੱਲੇ ਵਿਦਿਆਰਥੀ ਨੂੰ। 230 ਵਿਦਿਆਰਥੀਆਂ ਨੇ $3500 ਟਿਊਸ਼ਨ ਫੀ ਦੁਬਾਰਾ ਦੇਣੀ ਪਈ ਯੂਨੀਵਰਸਿਟੀ ਨੂੰ। ਬਹੁਤ ਇਹਦੇ 'ਚੋਂ ਇਕਨੋਮਿਕਲੀ ਫਾਇਦਾ ਤਾਂ ਪਹੁੰਚਦਾ ਪਰ ਵਿਦਿਆਰਥੀਆਂ 'ਤੇ ਕੀ ਗੁਜ਼ਰਦੀ ਹੈ? ਮੇਰੇ ਨਾਲ ਅੱਜ ਲਵਪ੍ਰੀਤ ਸਿੰਘ ਗੱਲਬਾਤ ਕਰਨਗੇ। ਲਵਪ੍ਰੀਤ ਸਿੰਘ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਇਹਦੀ ਡਿਟੇਲ ਦੱਸੋ ਵੀ ਹੋਇਆ ਕਿਵੇਂ, ਤੁਹਾਨੂੰ ਕਿਵੇਂ ਪਤਾ ਲੱਗਾ ਅਤੇ ਯੂਨੀਵਰਸਿਟੀ ਕਿਉਂ ਕਰਦੀ ਹੈ? ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਸੀਂ ਇੱਕ ਪੋਸਟ ਗ੍ਰੈਜੂਏਟ ਡਿਪਲੋਮਾ ਕਰ ਰਹੇ ਹਾਂ IT ਦੇ ਵਿੱਚ। ਤੇ ਪੋਸਟ ਗ੍ਰੈਜੂਏਟ ਡਿਪਲੋਮਾ ਦਾ ਮਤਲਬ ਇਹ ਅਸੀਂ ਪਹਿਲਾਂ ਇੰਡੀਆ ਦੇ ਵਿੱਚ ਵੀ ਡਿਗਰੀਆਂ ਕੀਤੀਆਂ ਹੋਈਆਂ, ਤੇ ਮੈਂ ਆਪਦੀ ਗੱਲ ਕਰਾਂ ਤਾਂ ਮੈਂ BCA ਕੀਤੀ ਹੋਈ ਹੈ ਇੰਡੀਆ ਦੇ ਵਿੱਚ, ਤੇ ਉਹ ਵੀ ਮੇਰੀ 70+ ਮਾਰਕਸ ਨਾਲ ਮੈਂ ਪਾਸ ਆਊਟ ਹਾਂ, ਤੇ 2 ਸਾਲ IT ਸੈਕਟਰ ਦੇ ਵਿੱਚ ਜੋਬ ਵੀ ਕੀਤੀ ਹੋਈ ਆ। ਤੇ
ਅਸੀਂ ਇੱਕ ਨਾਮ ਆਪਦੇ ਨਾਲ ਸਟੱਡੀ ਕੰਟੀਨਿਊ ਕੀਤੀ ਸੀ ਜਨਵਰੀ 2023 ਦੇ ਵਿੱਚ। ਪਹਿਲਾ ਸਮੈਸਟਰ ਲੰਘਿਆ ਵਧੀਆ, ਦੂਜੇ ਸਮੈਸਟਰ ਵੀ ਵਧੀਆ ਚੱਲਿਆ ਗਿਆ ਤੇ ਇੱਕ ਅਸੀਂ ਦੂਜੇ ਸਾਰੇ ਕੋਰਸਾਂ ਦੇ ਵਿੱਚੋਂ ਸਾਡੇ ਨੌ ਕੋਰਸ ਸੀ ਦੂਜੇ ਸਮੈਸਟਰ ਦੇ ਵਿੱਚ, ਉਹਦੇ ਵਿੱਚੋਂ ਅਸੀਂ 8 ਕੋਰਸਾਂ ਦੇ ਵਿੱਚੋਂ 80+ ਮਾਰਕਸ ਨੇ ਮੇਰੇ, ਮੈਂ ਸ਼ੋਅ ਵੀ ਕਰ ਸਕਦਾ ਤੇ ਇੱਕ ਕੋਰਸ ਦੇ ਵਿੱਚੋਂ ਮੈਨੂੰ ਸਿਰਫ 39 ਹੀ ਦਿੱਤੇ ਗਏ ਉਦੋਂ। ਤੇ ਮੈਂ ਉਹਨਾਂ ਨੂੰ ਰੀਜ਼ਨ ਮੰਗਿਆ ਕਿਉਂਕਿ ਜਦੋਂ ਮੈਂ ਕੋਡਿੰਗ ਦੇ ਵਿੱਚੋਂ, ਜਦੋਂ ਦੂਜੇ ਕੋਰਸ ਸਾਰੇ ਕੋਡਿੰਗ ਸੀਗੇ ਉਹਨਾਂ ਦੇ ਵਿੱਚੋਂ ਮੈਂ ਇੰਨੇ ਵਧੀਆ ਮਾਰਕਸ ਲੈ ਸਕਦਾ ਤਾਂ ਮੈਂ ਇੱਕ ਥਿਓਰਟੀਕਲ ਕੋਰਸ ਦੇ ਵਿੱਚੋਂ ਮੇਰੇ ਮਾਰਕਸ ਕਿਉਂ ਨਹੀਂ ਆਏਗੇ, ਮੈਨੂੰ ਰੀਜ਼ਨ ਤਾਂ ਦਿਓ। ਉਸ ਟਾਈਮ ਸਾਡੀ ਇੰਨੀ ਗੱਲ ਨਹੀਂ ਸੁਣੀ ਗਈ ਕਿਉਂਕਿ ਸਾਡੇ ਨਾਲ ਇੰਨੇ ਸਟੂਡੈਂਟ ਨਹੀਂ ਜੁੜੇ ਸੀਗੇ ਉਦੋਂ ਤਾਂ, ਪਰ ਸਾਨੂੰ ਦਬਾ ਕੇ ਤੇ ਕਹਿੰਦੇ ਵੀ ਕਿੰਨਾ ਤੁਹਾਡਾ ਕਿੰਨਾ ਆਹ ਸਿਸਟਮ, ਤੁਹਾਡਾ ਤੁਸੀਂ ਚੀਟਿੰਗ ਕੀਤੀ ਆ, ਤੁਹਾਡੇ ਤੇ ਪਲੈਜ਼ ਆ, ਸਾਨੂੰ ਮੁੜ ਕੇ ਲੈਟਰ ਆਫ ਐਂਸ ਦੇ ਕੇ ਚੁੱਪ ਕਰਾਤਾ। ਲਵਪ੍ਰੀਤ ਤੁਸੀਂ ਹੈੱਡਫੋਨ ਲਾਏ ਹੋਏ, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ। ਹਾਂਜੀ ਹੈੱਡਫੋਨ ਲੱਗੇ ਹੋਏ ਨੇ। ਤੁਸੀਂ ਲਾ ਸਕਦੇ ਹੋ, 2 ਮਿੰਟ ਹੈਗੇ ਤੁਹਾਡੇ ਕੋਲ ਥਾਂ ਹੈ। ਲਵਪ੍ਰੀਤ ਸਿੰਘ ਵਿਦਿਆਰਥੀ ਨੇ ਉਸ ਯੂਨੀਵਰਸਿਟੀ ਦੇ ਜਿਨ੍ਹਾਂ ਨਾਲ ਇਹ ਵਾਪਰੀ ਹੈ। ਹਾਂਜੀ ਹੁਣ ਦੱਸੋ। ਹਾਂਜੀ ਫਿਰ ਉਸ ਤੋਂ ਬਾਅਦ ਅਸੀਂ ਕਿੰਨਾ ਵਾ ਜਦੋਂ ਕਿੰਨਾ ਸਾਨੂੰ ਡਿਸਨ ਹੋਨੈਸਟੀ ਦਾ ਕੇਸ ਪਾਦਾ ਸਾਡੇ ਲੈਟਰ ਆਫ ਐਂਸ ਮਿਲ ਗਏ, ਅਸੀਂ ਫਿਰ ਸਾਨੂੰ ਅਸੀਂ ਦੂਰੀ ਵਾਰ ਕੰਟੀਨਿਊ ਕਰ ਲਿਆ ਕੋਰਸ, ਚਲੋ ਰੀਟੇਕ ਲੈ ਲਿਆ ਅਸੀਂ। ਉਸ ਟਾਈਮ $3,960 ਫੀਸ ਸੀਗੀ ਇਹਨਾਂ ਦੀ। ਅੱਛਾ ਤੇ ਫਿਰ ਅਸੀਂ ਕਿੰਨਾ ਹੁਣ ਫਿਰ ਜਾਣਾ ਉਸ ਦਾ ਕੋਰਸ ਦਾ ਰਿਜ਼ਲਟ ਹੋਣਾ ਆਇਆ ਜਨਵਰੀ ਦੇ ਵਿੱਚ, ਉਸ ਵਿੱਚ ਅਸੀਂ ਫਿਰ ਫੇਲ। ਫਿਰ ਮਿਲੀ ਮੋਸਟ ਆਫ ਦਾ ਸਟੂਡੈਂਟਾਂ ਨੂੰ ਜੀਰੋ ਮਿਲੀ ਸੀਗੀ ਤੇ ਉਹਦਾ ਰੀਜ਼ਨ ਪਤਾ ਕੀ ਦੇ ਰਹੇ, ਆਪਦੇ ਤੋਂ ਕੰਟਰਾਡਿਕਟ ਕਰ ਰਹੇ ਨੇ, ਇਹ ਕਹਿ ਰਹੇ ਨੇ ਤੁਸੀਂ ਡਿਸਹੋਨੈਸਟ, ਤੁਸੀਂ ਇਹਦੇ ਚ ਕਿੰਨਾ ਸਬਮਿਸ਼ਨ ਤੁਹਾਡੀ ਕਿੰਨਾ ਸਹੀ ਹੈ ਨੀਗੀ, ਤੇ ਇੱਕ ਸਾਈਡ ਕਹਿ ਰਹੇ ਨੇ ਵੀ ਤੁਹਾਡਾ ਜਿਹੜੀ ਸਬਮਿਸ਼ਨ ਆ ਉਹ ਸਿਰਫ 1 ਮਿੰਟ ਦੇ ਵਿੱਚ ਹੋ ਗਈ, ਵੀ ਤੁਸੀਂ ਪੋਰਟਲ ਓਪਨ ਕੀਤਾ ਤੇ ਆਪਦਾ ਕਿੰਨਾ ਪੀਡੀਐਫ ਸਬਮਿਟ ਕਰਕੇ ਤੇ ਨਾਲ ਦੀ ਨਾਲ ਬੰਦ ਕਰਤਾ, ਜੋ ਕਿ ਸਹੀ ਨੀਗਾ। ਉਸ ਚੀਜ਼ ਦੀ ਮੇਰੇ ਕੋਲ ਪਰੂਫ ਨੇ, ਸਭ ਕੁਛ ਨੇ ਉਸ ਚੀਜ਼ ਦੀ। ਹੁਣ ਇਹਨਾਂ ਤੋਂ ਯੂਨੀਵਰਸਿਟੀ ਤੋਂ ਇਹੀ ਮੰਗ ਰਹੀ ਵੀ ਟ੍ਰਾਂਸਪੇਰੈਂਸੀ ਦਿਓ ਸਾਨੂੰ, ਵੀ ਅਸੀਂ ਕਿੱਥੇ ਗਲਤ ਸੀ, ਸਾਰਾ ਕੁਛ ਸਾਡੇ ਕੋਲ ਪਰੂਫ ਨੇ, ਤੁਸੀਂ ਪਰੂਫ ਦਿਓ ਕਿ ਤੁਸੀਂ ਇਸ ਕਿਸ ਬਿਹਾਫ ਤੇ ਇਹ ਚੀਜ਼ਾਂ ਕਹਿ ਰਹੇ ਨੇ ਸਾਨੂੰ। ਅਸੀਂ ਇਕੱਲੇ ਆਈਟੀ ਦੇ ਸਟੂਡੈਂਟ ਨੇ, ਹੁਣ ਇੱਥੇ ਨਾ ਬਿਜ਼ਨਸ ਦੇ ਵੀ ਨੇ, HRF ਦੇ ਵੀ ਇੰਨੇ ਘੱਟੋ ਬਹੁਤ ਜ਼ਿਆਦਾ ਸਟੂਡੈਂਟ ਆਈ ਆ ਰਹੇ ਨੇ, ਵੀ ਸਾਡੇ ਨਾਲ ਵੀ ਆਈ ਕਰ ਰਹੇ ਨੇ। ਫਿਰ ਉਸ ਤੋਂ ਬਾਅਦ ਕੀ ਹੋਇਆ, ਇਹ ਗੱਲ ਠੀਕ ਆ ਕਿ ਜਦੋਂ ਪ੍ਰੈਸ਼ਰ ਵੱਧ ਗਿਆ ਤਾਂ ਉਹਨਾਂ ਨੇ ਸਾਰਿਆਂ ਨੂੰ ਪਾਸ ਕਰ ਦਿੱਤਾ? ਹਾਂਜੀ, ਇਹਨਾਂ ਨੇ ਪਹਿਲਾਂ ਮੰਡੇ ਨੂੰ ਮੀਟਿੰਗ ਹੋਈ ਸੀ, ਉਹਦੇ ਵਿੱਚ ਕਿਹਾ ਸੀ ਵੀ 130 ਸਟੂਡੈਂਟ ਨੇ ਜੋ ਆਈਟੀ ਦੇ ਵਿੱਚ ਫੇਲ ਹੋਏ ਨੇ, ਉਹਦੇ ਵਿੱਚੋਂ 100 ਫੇਲ ਕਰਤੇ ਇਹਨਾਂ ਨੇ, ਮਤਲਬ 100 ਪਾਸ ਕਰਤੇ ਇਹਨਾਂ ਦੇ, ਪਿੱਛੇ ਰਹਿ ਗਏ 32 ਸਟੂਡੈਂਟ ਸੀਗੇ। ਤੇ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ ਅਸੀਂ ਬੈਲ ਕਰਵ ਦੇ ਹਿਸਾਬ ਨਾਲ ਪਾਸ ਕੀਤਾ, ਸਾਡਾ ਮੋਟਿਵ ਇਹ ਤਾਂ ਹੈ ਨਹੀਂ ਸੀ ਅਸੀਂ ਬੈਲ ਕਰਵ ਦੇ ਹਿਸਾਬ ਨਾਲ ਪਾਸ ਹੋਈਏ, ਸਾਡਾ ਮੋਟਿਵ ਇਹ ਸੀ ਸਾਡੀ ਰੀਵੈਲਿਊਸ਼ਨ ਕੀਤੀ ਜਾਵੇ, ਸਾਡੀਆਂ ਗਲਤੀਆਂ ਦੱਸੀਆਂ ਜੇ ਪਾਸ ਹੁਣ ਸਾਨੂੰ ਪਾਸ ਕਰੋ, ਸਾਡਾ ਬੈਲ ਕਰੋ ਤਾਂ। ਹੁਣ ਕੋਈ ਕਿਸੇ ਦਾ ਸਟੂਡੈਂਟ ਦਾ ਅੱਡ ਅੱਡ ਹਿਸਾਬ ਹੁੰਦਾ, ਵੀ ਜਿਵੇਂ ਕਿਸੇ ਨੇ ਅਸਾਈਨਮੈਂਟਾਂ ਨਹੀਂ ਵਧੀਆ ਵਧੀਆ ਕੀਤੀਆਂ ਹੁੰਦੀਆਂ, ਉਹਨਾਂ ਨੂੰ ਆਇਆ ਹੁੰਦਾ ਵੀ ਚੱਲ ਅਸੀਂ ਫਾਈਨਲ ਐਗਜ਼ਾਮ ਚ ਵਧੀਆ ਲੈ ਕੇ ਪਾਸ ਹੋਵਾਂਗੇ, ਤਾਂ ਉਹੀ ਵੀ ਹੁਣ ਉਹਨਾਂ ਨੂੰ ਆਏ ਸੀ, ਉਹਨਾਂ ਨੇ ਫਾਈਨਲ ਐਗਜ਼ਾਮ ਕੀ ਪਤਾ ਬਹੁਤ ਵਧੀਆ ਕੀਤਾ ਹੋਵੇ, ਪਰ ਉਹਨਾਂ ਫਾਈਨਲ 0 ਦੇ ਕੇ ਤੁਸੀਂ ਪਿਛਲੇ ਮਾਰਕਸ ਦੇ ਹਿਸਾਬ ਨਾਲ ਪਾਸ ਕਰਦੇ ਹੋ, ਇਹ ਕੋਈ ਵਧੀਆ ਚੀਜ਼ ਹੈ ਨਹੀਂ। ਸੋ ਹੁਣ ਜਿਹੜੇ ਬਾਕੀ ਦੇ 30 ਸਟੂਡੈਂਟ ਨੇ, ਉਹ ਉਹਨਾਂ ਨੂੰ ਪਾਸ ਕਰਤਾ ਜਾਂ ਨਹੀਂ? ਨਹੀਂ, ਉਹਨਾਂ ਨੂੰ ਹਜੇ ਪਾਸ ਨਹੀਂ ਕੀਤਾ, ਉਹਨਾਂ ਨੂੰ ਕਹਿੰਦੇ ਸੀ ਤੁਹਾਡੀ ਰੀਵੈਲਿਊਸ਼ਨ ਹੋ ਰਹੀ ਹੈ ਤੇ ਅੱਜ ਤੁਹਾਨੂੰ ਰਿਜ਼ਲਟ, ਅੱਜ ਤੁਹਾਨੂੰ ਰਿਜ਼ਲਟ ਦੇਵਾਂਗੇ, ਅੱਜ ਆਉਣਾ ਹੈ ਫਰਾਈਡੇ ਨੂੰ। ਤੇ ਇੱਕ ਹੋਰ ਚੀਜ਼ ਆ, ਜਿਹੜੇ 100 ਸਟੂਡੈਂਟ ਪਾਸ ਕੀਤੇ ਸੀਗੇ ਉਹਨਾਂ ਦੇ ਵਿੱਚ ਵੀ ਕਈਆਂ ਨੂੰ ਲੈਟਰ ਆਫੈਂਸ ਦੇਤਾ, 12 ਸਟੂਡੈਂਟ ਨੇ ਉਹਨਾਂ ਵਿੱਚੋਂ ਜਿਹਨਾਂ ਨੂੰ ਲੈਟਰ ਆਫੈਂਸ ਆਇਆ ਵੀ ਤੁਸੀਂ ਚੀਟਿੰਗ ਕੀਤੀ ਹੈ, ਤੇ ਉਹਨਾਂ ਨੂੰ ਫੇਲ ਪਾਸ ਕਰਕੇ ਫਿਰ ਫੇਲ ਕਰਤਾ। ਸੋ ਤੁਹਾਨੂੰ ਲੱਗਦਾ ਹੈ ਕਿ ਇਹ ਐਫਰਟ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਯੂਨੀਵਰਸਿਟੀ ਦੁਬਾਰਾ ਪੈਸੇ ਬਣਾਵੇ ਉਹਨਾਂ ਤੋਂ, ਜਾਂ ਕਿ ਵਾਕਈ ਕਿਸੇ ਨੇ ਨਕਲ ਮਾਰੀ ਹੋਣੀ ਹੈ? ਨਕਲ ਮਾਰੀ ਹੁੰਦਾ ਸੀ ਕਿੰਨਾ, ਪਰੂਫ ਸਾਡੇ ਕੋਲ ਪਰੂਫ ਨੇ ਸਭ, ਅਸੀਂ ਕਿੰਨਾ ਇਸ ਚੀਜ਼ ਤਾਂ ਮੰਨਦੇ ਵੀ ਨਕਲ ਮਾਰੀ, ਜੇ ਤੁਸੀਂ ਆਏ ਯੂਨੀਵਰਸਿਟੀ ਚੀਜ਼ ਕਹਿ ਰਹੇ ਤਾਂ ਸਾਨੂੰ ਉਸ ਚੀਜ਼ ਦਾ ਪਰੂਫ ਦੇ ਦੇਣਾ, ਕਿਉਂਕਿ ਬਾਕੀ ਇਹਦਾ ਪੈਸੇ ਹੀ ਬਣਾ ਰਹੇ ਨੇ, ਇਸ ਨਾਲ ਬਿਜ਼ਨਸ ਹੀ ਤੋਰ ਰਹੇ ਨੇ, ਕਿਉਂਕਿ ਇੱਕ ਸਟੂਡੈਂਟ ਦੀ ਫੀਸ ਨੋਰਮਲ ਸਪਲੀ ਦੀ ਫੀਸ 13-1400 ਹੁੰਦੀ ਹੈ ਨੋਰਮਲ ਕਾਲਜ ਦੀ, ਇਹ 3500 ਲੈ ਰਹੇ ਨੇ, ਤੇ ਇਹ ਮੈਜੋਰਟੀ ਆਫ ਸਟੂਡੈਂਟ ਫੇਲ ਹੋ ਰਹੇ ਨੇ, ਇਹਦਾ ਕੋਈ ਰੀਜ਼ਨ ਦੇਣ ਨਾ, ਫਿਰ ਹੀ ਤਾਂ ਆਪਾਂ ਕੋਈ ਵੈਲਿਡ ਰੀਜ਼ਨ ਹੋਵੇ, ਟ੍ਰਾਂਸਪੇਰੈਂਸੀ ਹੋਵੇ ਤਾਂ ਆਪਾਂ ਉਸ ਚੀਜ਼ ਨੂੰ ਮੰਨੀਏ, ਵੀ ਕੋਈ ਟ੍ਰਾਂਸਪੇਰੈਂਸੀ ਨਹੀਂ ਦੇ ਰਹੇ ਤਾਂ ਕੋਈ ਇਸ ਚੀਜ਼ 'ਚ ਮੈਨੂੰ ਕੋਈ ਲੱਗ ਨਹੀਂ ਰਿਹਾ ਵੀ ਇਹਨਾਂ ਦੇ ਇੰਨਾ ਇਹ ਸਹੀ ਨੇ ਕਿਸੇ ਪਾਸੇ। ਅੱਛਾ, ਬਾਕੀ ਵਿਦਿਆਰਥੀ ਵੀ ਜਿਹੜੇ ਉਹਨਾਂ ਨੇ ਪਾਸ ਤਾਂ ਕਰ ਦਿੱਤੇ 100 ਵਿਦਿਆਰਥੀ, ਪਰ ਦਿਖਾਇਆ ਨਹੀਂ ਕਿ ਇਸ ਕਾਰਨ ਕਰਕੇ ਤੁਹਾਨੂੰ ਫੇਲ ਕੀਤਾ ਸੀ ਜਾਂ ਇਸ ਕਾਰਨ ਕਰਕੇ ਹੁਣ ਪਾਸ ਕਰ ਰਹੇ ਹਾਂ। ਹੁਣ ਪਾਸ ਕਰਨ ਦਾ ਰੀਜ਼ਨ ਦਿੱਤਾ ਵੀ ਅਸੀਂ ਬੈਲ ਕਰਵ ਦੇ ਹਿਸਾਬ ਨਾਲ ਕਰ ਰਹੇ ਨੇ। ਬੈਲ ਕਰਵ ਕੀ ਆ?
ਬੈਲ ਕਰਵ ਇਹ ਹੁੰਦਾ ਸਿਸਟਮ ਦਾ ਵੀ ਜਿਵੇਂ ਕਿਸੇ ਦੇ ਹਾਈਐਸਟ ਮਾਰਕਸ ਨੇ ਜਿਵੇਂ 75 ਨੇ ਕਿਸੇ 100 ਦੇ ਵਿੱਚੋਂ ਤਾਂ ਪਿੱਛੇ 25 ਰਹਿ ਗਏ ਉਸ ਹਿਸਾਬ ਨਾਲ ਉਹ ਦੇ ਕੇ ਦੂਜੇ ਸਟੂਡੈਂਟਾਂ ਨੂੰ ਸਾਰਿਆਂ ਨੂੰ ਤੇ ਉਹਦੇ ਨਾਲ ਪਾਸ ਕੀਤਾ ਜਾਂਦਾ ਬੈਲ ਕਰਵ ਹੁੰਦਾ ਵੀ ਜੇ ਕਿਸੇ ਮੈਜੋਰਟੀ ਆਫ ਸਟੂਡੈਂਟ ਕਿਸੇ ਕਲਾਸ ਦੇ ਵਿੱਚ ਫੇਲ ਹੋ ਰਹੇ ਨੇ ਤਾਂ ਜਿਵੇਂ ਐਫ ਆਉਦੀ ਸਿਚੁਏਸ਼ਨ ਤਾਂ ਉਹਨੂੰ ਸੀ ਦੇ ਵਿੱਚ ਲੈ ਕੇ ਆਉਣ ਵਾਸਤੇ ਤਾਂ ਉਹ ਬੈਲ ਕਰਵ ਅਪਲਾਈ ਕੀਤਾ ਜਾਂਦਾ ਹੁਣ ਤੁਹਾਨੂੰ ਇਹ ਦਿਖਾਏ ਨਹੀਂ ਦਿਖਾਉਂਦੇ ਨਹੀਂ ਗੇ ਹੁਣ ਜਿਹੜੇ ਵਿਦਿਆਰਥੀ ਫੇਲ ਵੀ ਹੋਏ ਨੇ ਉਹ ਮੰਗ ਕਰ ਰਹੇ ਨੇ ਕਿ ਸਾਨੂੰ ਦਿਖਾਓ ਸਾਡੇ ਅਸੀਂ ਕਿੱਥੇ ਗਲਤੀ ਕੀਤੀ ਆ ਕਿੱਥੇ ਫੇਲ ਹੋਏ ਹਾਂ ਉਹਨਾਂ ਦੇ ਵਿੱਚ ਇੱਕ ਲੜਕੀ ਆ ਮੇਰਾ ਖਿਆਲ ਆ ਸੰਦੀਪ ਕੌਰ ਜਿਹੜੀ ਕਿ ਬਹੁਤ ਕਾਬਲ ਆ ਅਤੇ ਉਹ ਸਕੋਲਰਸ਼ਿਪ ਜੇਤੂ ਆ ਅਤੇ ਬੜੀ ਟੌਪਰ ਹੈ ਹਾਂਜੀ ਸੰਦੀਪ ਕੌਰ ਹੋ ਗਈ ਰਾਜਪਾਲ ਕੌਰ ਹੋ ਗਈ ਇਹਨਾਂ ਨੇ ਬਹੁਤ ਵਧੀਆ ਕਿੰਨਾ ਇੰਟੈਲੀਜੈਂਟ ਸਟੂਡੈਂਟ ਨੇ ਫਿਰ ਵੀ ਇਹ ਫੇਲ ਹੋ ਰਹੇ ਨੇ ਪਰ ਇਹ ਸੰਦੀਪ ਕੌਰ ਨੂੰ ਤਾਂ ਪਹਿਲਾਂ ਪਾਸ ਕਰਤਾ ਸੀ ਹੁਣ ਫਿਰ ਫੇਲ ਕਰਤਾ ਅੱਛਾ ਹਾਂ ਸੰਦੀਪ ਕੌਰ ਉਹਨਾਂ 12 ਵਿੱਚੋਂ ਇੱਕ ਹੈ ਸੋ ਟੋਟਲ 230 ਸਟੂਡੈਂਟ ਨੇ ਹਾਂਜੀ ਟੋਟਲ 230 ਸਟੂਡੈਂਟ ਸੀਗੇ ਤੇ ਫੀਸ ਹੁਣ $3500 ਹੋ ਗਈ ਟਿਊਸ਼ਨ ਫੀ ਹਾਂਜੀ ਟਿਊਸ਼ਨ ਵੀ $3500 ਨੇ ਸਭ ਲਈ ਇੱਕ ਕੋਰਸ ਦੀ ਸੋ $3500 ਸਾਰੇ 230 ਵਿਦਿਆਰਥੀਆਂ ਤੋਂ ਐਲਗੋਮਾ ਫਿਰ ਲੈ ਸਕਦੀ ਆ ਨਹੀਂ 230 ਤਾਂ ਨਹੀਂ ਕਿਉਂਕਿ ਇਹਦੇ 'ਚ ਹੁਣ ਤਾਂ ਇੰਨੇ ਹੀ ਰਹਿ ਗਏ ਨਾ ਕਿਉਂਕਿ 100 ਤਾਂ ਇਹਨਾਂ ਨੇ ਪਾਸ ਕਰ ਦਿੱਤਾ ਇਹਦੇ 'ਚ 32 ਉਹ ਅਤੇ 12 ਸਟੂਡੈਂਟ ਜਿਹੜੇ ਦੂਰੀ ਔਰ ਫੇਲ ਕੀਤੇ ਨੇ ਉਹ ਰਹਿ ਗਏ ਮਤਲਬ 44 ਸਟੂਡੈਂਟ ਨੇ ਇਹਨਾਂ ਤੋਂ ਲੈ ਸਕਦੇ ਅਤੇ ਆਪਾਂ ਇਹ ਤਾਂ ਆਈ ਟੀ ਸਟੂਡੈਂਟ ਹੀ ਰਹਿ ਗਏ 44 ਅਤੇ ਇਹਦੇ 'ਚ ਹੁਣ ਸਾਡੇ ਨਾਲ ਹੋਰ ਵੀ ਸਟੂਡੈਂਟ ਜੁੜੇ ਨੇ ਐਚ ਆਰ ਐਮ ਸਟੂਡੈਂਟ ਉਹ ਕਹਿੰਦੇ ਨੇ ਅਸੀਂ ਹੈਗੇ ਹਾਂ ਕਿ ਨਾਮ 150 ਦੇ ਆਸ ਪਾਸ ਸਟੂਡੈਂਟ ਜਿਹਨਾਂ ਨੂੰ ਸਾਨੂੰ ਫੇਲ ਕੀਤਾ ਵਿਦਆਊਟ ਐਨੀ ਰੀਜ਼ਨ ਅੱਛਾ ਜਿਹੜੇ ਪ੍ਰੋਫੈਸਰ ਨੇ ਫੇਲ ਕੀਤਾ ਉਹਦੇ ਨਾਲ ਗੱਲਬਾਤ ਹੋਈ ਪ੍ਰੋਫੈਸਰ ਨੂੰ ਅਸੀਂ ਪਹਿਲਾਂ ਮੇਲਸ ਵਗੈਰਾ ਕੀਤੀਆਂ ਪ੍ਰੋਫੈਸਰ ਦਾ ਕੋਈ ਰਿਪਲਾਈ ਆਉਂਦਾ ਮੇਰੇ ਕੋਲ ਸਟੂਡੈਂਟਸ ਬਹੁਤ ਨੇ ਮੈਂ ਕਿਸੇ ਦੀ ਰਿਪਲਾਈ ਨਹੀਂ ਕਰ ਸਕਦਾ ਜੇ ਕਿਸੇ ਨੇ ਮੇਰਾ ਜ਼ਿਆਦਾ ਤੋਂ ਜ਼ਿਆਦਾ ਮੇਲ ਕੀਤੀ ਮੈਂ ਉਹਨੂੰ ਬਲੋਕ ਕਰ ਦੂੰਗਾ ਅਤੇ ਆਲਰੇਡੀ ਮੈਂ ਕਹਿੰਦਾ ਇੱਕ ਸਟੂਡੈਂਟ ਨੂੰ ਬਲੋਕ ਕਰ ਚੁੱਕਿਆ ਕਹਿੰਦਾ ਪ੍ਰੋਫੈਸਰ ਨੇ ਦੁਬਾਰਾ ਰਿਪਲਾਈ ਦਿੱਤਾ ਸੋ ਇਹ ਸਾਰੀ ਸਿਚੁਏਸ਼ਨ ਬਾਰੇ ਅਖੀਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਸਾਡੇ ਵੀ ਇੱਥੇ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਪੋਸਟ ਗ੍ਰੈਜੂਏਟ ਨੇ ਯੂਨੀਵਰਸਿਟੀਆਂ 'ਚ ਪੜ੍ਹਦੇ ਆ ਉਹਨਾਂ 'ਚੋਂ ਕਈਆਂ ਨੂੰ ਫੇਲ ਵੀ ਕਰੀ ਜਾ ਰਹੇ ਨੇ ਉਹ ਔਰ ਉਹ ਕਈ ਵਾਰੀ ਹੈਰਾਨ ਵੀ ਹੁੰਦੇ ਯਾਰ ਮੈਨੂੰ ਫੇਲ ਕਿਵੇਂ ਕਰਤਾ ਲੇਕਿਨ ਕੋਈ ਦਿਖਾਉਂਦੇ ਤਾਂ ਹੈ ਨਹੀਂ ਗੇ ਉਹ ਵੀ ਆਹ ਤੇਰਾ ਪੇਪਰ ਆ ਇੱਥੇ ਇੱਥੇ ਤੂੰ ਆਹ ਗਲਤੀਆਂ ਕੀਤੀਆਂ ਨੇ ਹਾਂਜੀ ਆਪਾਂ ਹੁਣ ਇਹਨਾਂ ਦਾ ਡਿਮਾਂਡ ਇਹੀ ਰੱਖ ਰਹੇ ਹਾਂ ਵੀ ਸਾਨੂੰ ਟ੍ਰਾਂਸਪੇਰੈਂਸੀ ਦਿੱਤੀ ਜਾਵੇ ਵੀ ਕਿਉਂ ਤੁਸੀਂ ਇਸ ਕਿਸ ਰੀਜ਼ਨ ਕਰਕੇ ਤੁਸੀਂ ਫੇਲ ਕਰ ਰਹੇ ਹੋ ਜੇ ਇੱਕ ਗ੍ਰੇਡਿੰਗ ਐਵੀਲੇਸ਼ਨ ਇਹਨਾਂ ਦੀ ਸਾਰੀ ਚੇਂਜ ਕੀਤੀ ਜਾਵੇ ਕਿਉਂਕਿ ਸਾਨੂੰ ਜਿਹੜੀ ਗ੍ਰੇਡਿੰਗ ਕਟੀਰੀਆ ਸਾਡੀ 50% ਦਾ ਫਾਈਨਲ ਐਗਜ਼ਾਮ ਸੀਗਾ 35% ਦਾ ਮਿਡ ਟਰਮ ਸੀਗਾ ਅਤੇ ਸਿਰਫ 15% ਦਾ ਇੱਕ ਨਾਮ ਕੁਇਜ ਅਤੇ ਅਸਾਈਨਮੈਂਟ ਸੀ ਜਿਹਦੇ 'ਚ 10 ਕੁਇਜ ਅਤੇ 10 ਹੀ ਅਸਾਈਨਮੈਂਟਾਂ ਸੀਗੀਆਂ ਇਹ ਕਟੀਰੀਆ ਚੇਂਜ ਕੀਤਾ ਜਾਵੇ ਕਿਉਂਕਿ ਦੂਜੇ ਸਾਰੇ ਕੋਰਸਾਂ ਦਾ ਅਲੱਗ ਅਲੱਗ ਹੁੰਦਾ ਕਿਉਂਕਿ ਉਹ 'ਚ 20% ਦਾ ਐਗਜ਼ਾਮ ਹੋ ਗਿਆ 10-10% ਦੀਆਂ ਅਸਾਈਨਮੈਂਟਾਂ ਹੋ ਗਈਆਂ ਤਾਂ ਵੀ ਅਸੀਂ ਇਹਨੇ ਵੀ ਸਾਰਾ ਇਹ ਕੁਛ ਦੂਜੇ ਕੋਰਸਾਂ ਦਾ ਵੀ ਸਾਰੇ ਕੋਰਸਾਂ ਦਾ ਇੱਕ ਤਰ੍ਹਾਂ ਦਾ ਡਿਜ਼ਾਇਨ ਕੀਤਾ ਜਾਵੇ ਐਂ ਨਾ ਹੋਵੇ ਕਿਸੇ ਦੂਜੇ ਕੋਰਸ ਦਾ ਅਲੱਗ ਕੀਤਾ ਹੋਇਆ ਇਹਦਾ ਅਲੱਗ ਕੀਤਾ ਹੋਇਆ ਕਿਉਂਕਿ ਇਸ ਇੱਕ ਕੋਰਸ ਦਾ ਇਸ ਲਈ ਅਲੱਗ ਕੀਤਾ ਗਿਆ ਇਹਦਾ ਮਤਲਬ ਪਹਿਲਾਂ ਤੋਂ ਇਹਨਾਂ ਦਾ ਕਿੰਨਾ ਪਲਾਨ ਸੀਗਾ ਵੀ ਅਸੀਂ ਇਸ ਕੋਰਸ ਵਿੱਚੋਂ ਰੱਖਣਾ ਸਟੂਡੈਂਟਾਂ ਨੂੰ ਥੈਂਕ ਯੂ ਵੈਰੀ ਮੱਚ ਲਵਪ੍ਰੀਤ ਸਿੰਘ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਮਾਂ ਦੇਣ ਲਈ ਥੈਂਕ ਯੂ ਅਸੀਂ ਇਹਦੀ ਹੋਰ ਤਹਿ ਤੱਕ ਪਹੁੰਚਣਾ ਚਾਹੁੰਦੇ ਹਾਂ ਸਾਡੇ ਰਿਪੋਰਟਰ ਆ ਜਿਹੜੇ ਰੈਡ ਐਫ ਐਮ ਟੋਰਾਂਟੋ ਦੇ ਉਹ ਇਸ 'ਤੇ ਕੰਮ ਕਰ ਰਹੇ ਨੇ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਡਾ ਸਿਸਟਰ ਸਟੇਸ਼ਨ ਹੈ ਜਿਹੜਾ ਬਰੈਂਪਟਨ ਰੈਡ ਐਫ ਐਮ ਔਰ ਉਸ ਦੇ ਰਿਪੋਰਟਰ ਸਾਡੇ ਨਾਲ ਗੱਲਬਾਤ ਕਰਨਗੇ ਤਰਨਜੀਤ ਜੀ ਕੁਝ ਮਿੰਟਾਂ ਤੱਕ ਜਿਹੜੀ ਇਹ ਗੱਲ ਚੱਲੀ ਹੈ ਜਿੱਥੋਂ ਵਿਦਿਆਰਥੀਆਂ ਨੂੰ ਇਹ ਸ਼ੱਕ ਪੈ ਗਈ ਕਿ ਸ਼ਾਇਦ ਯੂਨੀਵਰਸਿਟੀ ਪੈਸੇ ਬਣਾਉਣ ਲਈ ਇਹ ਕੰਮ ਕਰ ਰਹੀ ਹੈ ਵਿਦਿਆਰਥੀਆਂ ਨੂੰ ਫੇਲ ਕਰ ਰਹੀ ਹੈ ਅਤੇ ਟ੍ਰਾਂਸਪੇਰੈਂਸੀ ਗਾਇਬ ਹੈ ਇਸ ਦੇ ਵਿੱਚੋਂ ਸਾਡੇ ਜਿਹੜੇ ਰੈਡ ਐਫ ਐਮ ਬਰੈਂਪਟਨ ਤੋਂ ਰਿਪੋਰਟਰ ਨੇ ਤਰਨਜੀਤ ਜੀ ਉਹ ਗੱਲਬਾਤ ਕਰਨਗੇ ਉਹ ਦੱਸਣਗੇ ਕਿਉਂਕਿ ਉਹਨਾਂ ਨੇ ਇਸ ਦੀ ਕਾਫੀ ਇਨਵੈਸਟੀਗੇਸ਼ਨ ਕੀਤੀ ਹੈ ਅਤੇ ਇਹ ਨਿਊਜ਼ ਬ੍ਰੌਡਕਾਸਟ ਵੀ ਕੀਤੀ ਹੈ ਤਰਨਜੀਤ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸ਼ੁਕਰੀਆ ਸੋ ਅਸਲੀ ਮਾਜਰਾ ਕੀ ਹੈ ਸਰ ਐਕਚੁਅਲ ਦੇ ਵਿੱਚ ਇਹ ਮਾਮਲਾ ਹੈਗਾ ਆ ਐਲਗੋਮਾ ਯੂਨੀਵਰਸਿਟੀ ਦੇ ਬ੍ਰੈਂਪਟਨ ਕੈਂਪਸ ਦਾ ਜਿੱਥੇ ਕਿ ਆਈਟੀ ਦੇ ਗ੍ਰੈਜੂਏਸ਼ਨ ਕੋਰਸ ਦੇ ਵਿੱਚ 132 ਦੇ ਕਰੀਬ ਸਟੂਡੈਂਟ ਜਿਹੜੇ ਆ ਉਹ ਫੇਲ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਜਦੋਂ ਇਹ ਮਾਮਲਾ ਆਉਂਦਾ ਤਾਂ ਉਹ ਤੋਂ ਬਾਅਦ ਸਟੂਡੈਂਟ ਜਿਹੜੇ ਕਿ ਕਾਫੀ ਜ਼ਿਆਦਾ ਸ਼ੋਰ ਸੀਗੇ ਕਿ ਸਾਡਾ ਪੇਪਰ ਵਧੀਆ ਹੋਇਆ ਸੀ ਪਰ ਇਹਦੇ ਬਾਵਜੂਦ ਸਾਨੂੰ ਫੇਲ ਕੀਤਾ ਗਿਆ ਤਾਂ ਉਹਨਾਂ ਨੂੰ ਕੁਛ ਇਹਦੇ ਵਿੱਚ ਕੁਛ ਫਿਸ਼ੀ ਲੱਗਿਆ ਕਿ ਵੀ ਘੱਟੋ ਘੱਟ ਜਿਹੜਾ ਇੱਕ ਸਟੂਡੈਂਟ ਹੋ ਸਕਦਾ 250 ਹੋ ਸਕਦੇ ਆ ਪਰ 132 ਸਟੂਡੈਂਟ ਪੂਰੀ ਕਲਾਸ ਕਿੱਦਾਂ ਫੇਲ ਹੋ ਸਕਦੀ ਆ ਉਹ ਵੀ ਇੱਕ ਸਬਜੈਕਟ ਦੇ ਵਿੱਚ ਫਿਰ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਾਲਜ ਨੂੰ ਤੇ ਪ੍ਰੋਫੈਸਰ ਨੂੰ ਈਮੇਲ ਕੀਤੀਆਂ ਸੀ ਵੀ ਅਸੀਂ ਇਸ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਾਂ ਵੀ ਕਿਹੜੇ ਆਧਾਰ ਤੇ ਸਾਨੂੰ ਫੇਲ ਕੀਤਾ ਗਿਆ ਤਾਂ ਕਾਲਜ ਨੇ ਤੇ ਪ੍ਰੋਫੈਸਰ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਤੇ ਉਹਨਾਂ ਨੂੰ ਟਾਲਮ ਟੋਲ ਕੀਤਾ ਤੇ ਸਟੂਡੈਂਟਸ ਨੇ ਫਿਰ ਇਸ ਮਾਮਲੇ ਦੇ ਵਿੱਚ
ਜਦੋਂ ਕੋਈ ਗੱਲਬਾਤ ਨਹੀਂ ਕੀਤੀ ਪ੍ਰੋਫੈਸਰ ਦੇ ਵੱਲੋਂ ਰਿਪਲਾਈ ਆਉਂਦਾ ਕਿ ਉਹ ਵੈਕੇਸ਼ਨ ਤੇ ਜਾ ਰਹੇ ਨੇ ਤੇ ਹਜੇ ਇਸ ਮਾਮਲੇ ਤੇ ਕੋਈ ਗੱਲ ਨਹੀਂ ਕਰ ਸਕਦੇ। ਫਿਰ ਇਸ ਤੋਂ ਬਾਅਦ ਸਟੂਡੈਂਟਸ ਦੇ ਵੱਲੋਂ ਪ੍ਰੋਟੈਸਟ ਸ਼ੁਰੂ ਕੀਤਾ ਜਾਂਦਾ ਆ ਕਿ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਇਹ ਸਭ ਕੁਛ ਹੋ ਰਿਹਾ ਉਹ ਗਲਤ ਹੋ ਰਿਹਾ, ਇੰਨੀ ਵੱਡੀ ਗਿਣਤੀ 'ਚ ਸਟੂਡੈਂਟ ਫੇਲ ਹੋਣ ਦਾ ਕੋਈ ਰੀਜ਼ਨ ਹੋਈ ਨਹੀਂ ਸਕਦਾ ਹੈਗਾ। ਫਿਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਆ। ਪ੍ਰੋਟੈਸਟ ਤੋਂ ਬਾਅਦ ਲਗਭਗ ਇੱਕ ਹਫ਼ਤਾ ਜਦੋਂ ਪ੍ਰੋਟੈਸਟ ਚੱਲਦਾ ਹੈ ਤਾਂ ਉਸ ਤੋਂ ਬਾਅਦ ਸਟੂਡੈਂਟਸ ਨੂੰ ਬੁਲਾਇਆ ਜਾਂਦਾ ਯੂਨੀਵਰਸਿਟੀ ਦੇ ਵੱਲੋਂ ਗੱਲਬਾਤ ਕਰਨ ਦੇ ਲਈ। ਗੱਲਬਾਤ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਇਹਨਾਂ ਦਾ ਪਹਿਲਾ ਰਿਪਲਾਈ ਆਉਂਦਾ ਕਿ 100 ਦੇ ਕਰੀਬ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਪਾਸ ਕਰ ਦਿੱਤਾ ਜਾਂਦਾ ਆ ਤੇ 32 ਸਟੂਡੈਂਟਸ ਨੂੰ ਕਿਹਾ ਜਾਂਦਾ ਕਿ ਉਹਨਾਂ ਦਾ ਐਪਟੀਟਿਊਡ ਟੈਸਟ ਦੁਬਾਰਾ ਲਿਆ ਜਾਏਗਾ। ਜਿਹੜੇ 100 ਸਟੂਡੈਂਟ ਪਾਸ ਕੀਤੇ ਗਏ ਸੀ ਉਹ ਪਾਸ ਕੀਤੇ ਦਾ ਕ੍ਰਾਈਟੀਰੀਆ ਵੀ ਕੋਈ ਉਹਨਾਂ ਨੇ ਬਹੁਤਾ ਬਿਆਨ ਨਹੀਂ ਕੀਤਾ ਜਿੰਨੀ ਕੁ ਸਾਡੀ ਸਟੂਡੈਂਟਸ ਨਾਲ ਗੱਲਬਾਤ ਹੋਈ। ਤੇ ਸਟੂਡੈਂਟਸ ਨੇ ਕਿਹਾ ਹਜੇ ਧਰਨਾ ਨਹੀਂ ਚੱਕਿਆ ਜਾਏਗਾ ਉਨੀ ਦੇਰ ਤੱਕ ਜਦ ਤੱਕ ਜਿਹੜੇ 32 ਸਟੂਡੈਂਟਸ ਨੇ ਉਹਨਾਂ ਦਾ ਵੀ ਫੈਸਲਾ ਨਹੀਂ ਹੁੰਦਾ। ਤੇ ਯੂਨੀਵਰਸਿਟੀ ਇਹ ਜ਼ਰੂਰ ਕਹਿ ਦਿੱਤਾ ਸੀ ਵੀ ਜੇ ਇਹ 32 ਸਟੂਡੈਂਟਸ ਦੁਬਾਰਾ ਪੇਪਰ ਦਿੱਤੇ ਨੇ ਤਾਂ ਇਹਨਾਂ ਤੋਂ ਦੁਬਾਰਾ ਫੀਸ ਜਿਹੜੀ ਆ ਉਹ ਨਹੀਂ ਵਸੂਲੀ ਜਾਏਗੀ ਜਿਹੜੀ ਕਿ $3,000 to $3,500 ਦੇ ਕਰੀਬ ਹੈ। ਪਰ 2 ਦਿਨ ਪਹਿਲਾਂ ਇੱਕ ਵਾਰ ਫਿਰ ਤੋਂ ਯੂਨੀਵਰਸਿਟੀ ਦੇ ਨਾਲ ਇਹਨਾਂ ਦੀ ਮੀਟਿੰਗ ਹੁੰਦੀ ਆ ਤਾਂ ਫਿਰ ਫੈਸਲਾ ਹੁੰਦਾ। ਯੂਨੀਵਰਸਿਟੀ ਲਗਭਗ 12 to 22 ਵਿਦਿਆਰਥੀ ਜਿਹੜੇ 100 ਵਿਦਿਆਰਥੀ ਪਾਸ ਕੀਤੇ ਸੀ ਉਹਦੇ ਵਿੱਚੋਂ 12 to 22 ਵਿਦਿਆਰਥੀ ਫੇਰ ਫੇਲ ਕਰ ਦਿੱਤੇ ਜਾਂਦੇ ਨੇ ਪਲੈਜਰਿਜ਼ਮ ਲਗਾ ਕੇ। ਸੋ ਹੁਣ ਉਹ ਸਟੂਡੈਂਟਸ ਕਹਿ ਰਹੇ ਨੇ ਕਿ ਹੁਣ ਸਾਨੂੰ ਜਿਹੜਾ ਫੇਲ ਕੀਤਾ ਗਿਆ ਉਹ ਕਿਸ ਆਧਾਰ ਤੇ ਕੀਤਾ ਗਿਆ ਵੀ ਪਲੈਜਰਿਜ਼ਮ ਦੀ ਜੇ ਤੁਸੀਂ ਗੱਲ ਕਰ ਰਹੇ ਹੋ ਤਾਂ 2 ਸਟੂਡੈਂਟਸ ਨਾਲ ਸਾਡੀ ਇੱਥੇ ਗੱਲਬਾਤ ਹੋਈ ਸੀ। ਇੱਕ ਸਟੂਡੈਂਟ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਉਹਨਾਂ ਨੇ ਸਿਰਫ 1 ਮਿੰਟ ਦੇ ਵਿੱਚ ਪੇਪਰ ਸਬਮਿਟ ਕਰ ਦਿੱਤਾ। 3 ਘੰਟੇ ਦਾ ਪੇਪਰ 9 ਵਜੇ ਸ਼ੁਰੂ ਹੁੰਦਾ ਤੇ 9:01 ਤੇ ਉਹਦਾ ਪੇਪਰ ਸਬਮਿਟ ਹੋ ਜਾਂਦਾ। ਜਦ ਕਿ ਸਟੂਡੈਂਟ ਕਹਿੰਦਾ ਮੇਰੇ ਕੋਲ ਸਬਮਿਸ਼ਨ ਦੀ ਸਾਰੀ ਮੇਰੇ ਕੋਲ ਡਿਟੇਲਸ ਹੈਗੀਆਂ ਨੇ, 3 ਘੰਟੇ ਪੂਰੇ ਹੋਣ ਤੋਂ ਮਹਿਜ 4 ਮਿੰਟ ਪਹਿਲਾਂ ਹੀ ਉਹ ਆਪਣਾ ਪੇਪਰ ਸਬਮਿਟ ਕਰ ਸਕਿਆ ਸੀ। ਉਹ ਕਹਿੰਦਾ ਮੇਰੇ ਕੋਲ ਸਾਰੇ ਇਹਦੇ ਪ੍ਰੂਫਸ ਹੈਗੇ ਨੇ। ਦੂਸਰਾ, ਇੱਕ ਲੜਕੀ ਨੂੰ ਕਿਹਾ ਗਿਆ ਕਿ ਉਹਨੇ ਇਹਦੇ ਵਿੱਚ ਜਿਹੜਾ ਫਲੋ ਚਾਰਟ ਦਿਖਾਇਆ ਉਹ ਪਲੈਜਰਿਜ਼ਮ ਹੈ, ਉਹਨੇ ਇੰਟਰਨੈਟ ਤੋਂ ਚੱਕ ਕੇ ਸਾਰੀ ਚੀਜ਼ ਸ਼ੋ ਕੀਤੀ ਹੈ। ਬਟ ਉਹ ਲੜਕੀ ਉਹਨੇ ਖੁਦ ਇਹ ਸਾਰਾ ਕੁਛ ਆਪ ਡਰਾ ਕੀਤਾ, ਆਪਣੇ ਮੋਬਾਈਲ ਦੇ ਉੱਤੇ ਫੋਟੋ ਖਿੱਚ ਕੇ ਫਿਰ ਉਸ ਚੀਜ਼ ਨੂੰ ਅਪਲੋਡ ਕੀਤਾ ਤੇ ਉਹਦੇ ਕੋਲ ਵੀ ਇਹਦੇ ਸਾਰੇ ਪ੍ਰੂਫਸ ਹੈਗੇ ਆ। ਹੁਣ ਯੂਨੀਵਰਸਿਟੀ ਨੂੰ ਇਹ ਕਹਿ ਰਹੇ ਨੇ ਸਟੂਡੈਂਟਸ ਵੀ ਜਿਹੜੇ ਸਾਨੂੰ ਇਸ ਵਕਤ ਕਈ ਇਹੋ ਜਿਹੇ ਸਟੂਡੈਂਟਸ ਨੇ ਜਿਹੜੇ ਕਹਿ ਰਹੇ ਨੇ ਕਿ ਪਿਛਲੀਆਂ ਅਸਾਈਨਮੈਂਟਸ ਤੇ ਸਾਡੇ ਵਧੀਆ ਆਏ ਸੀ ਬਟ ਸਾਨੂੰ 0 ਕਿਸ ਆਧਾਰ ਦੇ ਉੱਤੇ ਦਿੱਤਾ ਗਿਆ ਵੀ ਖਾਲੀ ਪੇਪਰ ਤਾਂ ਅਸੀਂ ਛੱਡ ਕੇ ਨਹੀਂ ਆਏ। ਸੋ ਪੂਰੀ ਕਲਾਸ ਹੁਣ ਇਸ ਵਕਤ ਪ੍ਰੋਟੈਸਟ ਚੱਲ ਰਹੀ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪ੍ਰੋਟੈਸਟ ਦੇ ਨਾਲ ਨਾਲ ਸੇਮ ਕਾਲਜ ਦੇ ਕਿਸੇ ਵੱਖਰੇ ਕੋਰਸ ਦੇ ਇੱਕ ਹੋਰ ਸਟੂਡੈਂਟਸ 32 ਦੇ ਕਰੀਬ ਸਾਹਮਣੇ ਆਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਪੁੱਛ ਕਲਾਸ ਨੂੰ ਫੇਲ ਕੀਤਾ ਗਿਆ ਇੱਕ ਵੱਖਰੇ ਕੋਰਸ ਦੇ ਵੱਖਰੇ ਸਬਜੈਕਟ ਦੇ ਵਿੱਚ। ਸੋ ਹੁਣ ਇਸ ਵਕਤ ਪ੍ਰੋਟੈਸਟ ਦੁਬਾਰਾ ਸ਼ੁਰੂ ਹੋ ਚੁੱਕਿਆ, ਜਿਹੜੇ ਸਟੂਡੈਂਟਸ ਨੂੰ ਦੁਬਾਰਾ ਫੇਲ ਕੀਤਾ ਗਿਆ ਉਹ ਵੀ ਆ ਕੇ ਹੁਣ ਧਰਨੇ 'ਚ ਸ਼ਾਮਿਲ ਹੋਏ ਨੇ। ਤਰਨਜੀਤ, ਇਹ ਇਕੱਲੀ ਅਲਗੋਮਾ ਯੂਨੀਵਰਸਿਟੀ ਹੈ ਜਾਂ ਹੋਰ ਕਾਲਜ ਤੇ ਯੂਨੀਵਰਸਿਟੀ ਵੀ ਇਹੀ ਪ੍ਰੈਕਟਿਸ ਕਰ ਰਹੀਆਂ ਨੇ ਤਾਂ ਕਿ ਫੀਸਾਂ ਦੁਬਾਰਾ ਲਈਆਂ ਜਾਣ ਤੇ ਪੈਸੇ ਵੱਧ ਬਣਾਏ ਜਾਣ? ਸਰ, ਅਜੇ ਇਹ ਚੀਜ਼ ਤਾਂ ਸਾਹਮਣੇ ਨਹੀਂ ਆਈ ਕਲੀਅਰਲੀ ਵੀ ਯੂਨੀਵਰਸਿਟੀਜ਼ ਇਹਦੇ ਵਿੱਚ ਟੋਟਲੀ ਕਸੂਰਵਾਰ ਨੇ ਤੇ ਇਹਦੇ ਵਿੱਚ ਹਜੇ ਯੂਨੀਵਰਸਿਟੀਜ਼ ਵੀ ਆਪਣਾ ਪੱਖ ਸਹੀ ਤਰੀਕੇ ਨਾਲ ਰੱਖ ਨਹੀਂ ਰਹੀਆਂ ਕਿਉਂਕਿ ਯੂਨੀਵਰਸਿਟੀਜ਼ ਜਿੰਨੀ ਵੀ ਗੱਲਬਾਤ ਸਟੂਡੈਂਟਸ ਨਾਲ ਕਰ ਰਹੀਆਂ ਨੇ ਜਾਂ ਤਾਂ ਉਹ ਵਰਬਲ ਕਰ ਰਹੀਆਂ ਜਾਂ ਈਮੇਲਸ ਰੈਡ ਐਫ ਐਮ ਨੇ ਉਹਨਾਂ ਨੂੰ ਇੱਕ ਈਮੇਲ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਆਪਾਂ ਭੇਜੀ ਸੀ ਰਿਪਲਾਈ ਕਿ ਉਹਨਾਂ ਨੇ 100 ਦੇ ਕਰੀਬ ਸਟੂਡੈਂਟਸ ਨੂੰ ਪਾਸ ਕੀਤਾ ਪਰ ਉਸ ਤੋਂ ਬਾਅਦ ਵੀ ਅਪਡੇਟ ਉਹ ਕਿਸੇ ਨਹੀਂ ਦੇ ਰਹੇ, ਉਹ ਜ਼ਿਆਦਾਤਰ ਈਮੇਲਸ ਦਾ ਵੀ ਜਵਾਬ ਨਹੀਂ ਦੇ ਰਹੇ। ਇਹਦੇ ਇਲਾਵਾ ਮਾਈਸੋ ਜਿਹੜੀ ਕਿ ਆਰਗਨਾਈਜੇਸ਼ਨ ਹੈਗੀ ਹੈ ਤੇ ਨੌਜਵਾਨ ਸਪੋਰਟ ਨੈਟਵਰਕ ਉਹ ਵੀ ਨਾਲ ਧਰਨੇ ਦੇ ਵਿੱਚ ਸਟੂਡੈਂਟਸ ਦਾ ਸਾਥ ਦੇ ਰਹੇ ਨੇ। ਜਿੰਨੀ ਉਹਨਾਂ ਨਾਲ ਆਰਗਨਾਈਜ਼ਰਸ ਨਾਲ ਗੱਲ ਹੋਈ ਹੈ ਉਹ ਕਹਿੰਦੇ ਸਾਡੇ ਕੋਲ ਹੁਣ ਤੱਕ 5 colleges ਅਤੇ ਯੂਨੀਵਰਸਿਟੀਜ਼ ਦੇ ਸਟੂਡੈਂਟਸ ਆ ਚੁੱਕੇ ਨੇ ਜਿਨ੍ਹਾਂ ਦੇ ਨਾਲ ਸੇਮ ਚੀਜ਼ ਹੋਈ ਆ, ਜਿਹਦੇ ਵਿੱਚ ਸੈਂਟ ਕਲੇਅਰ ਕਾਲਜ ਵੀ ਹੈਗਾ, ਕੋਨਸਟੋਗਾ ਕਾਲਜ ਵੀ ਹੈਗਾ। ਸੋ ਇਹ ਜਿਹੜੀ ਵਾਈਡ ਸਪਰੈਡ ਪ੍ਰਤੀਤ ਹੋ ਰਹੀ ਹੈ ਕਿਉਂਕਿ ਸਾਡੇ ਇੱਥੇ ਵੀ ਵੈਂਕੂਵਰ ਦੇ ਵਿੱਚ ਕੁਝ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਸੀ। ਇੱਕ ਕੁੜੀ ਕਹਿੰਦੀ ਕਿ ਮੈਂ ਕਦੇ ਸੁਪਨਾ ਨਹੀਂ ਲੈ ਸਕਦੀ ਕਿ ਮੈਂ ਫੇਲ ਹੋ ਜਾਵਾਂਗੀ, ਮੈਂ ਫੇਲ ਕਿਸ ਤਰ੍ਹਾਂ ਹੋ ਗਈ? ਔਰ ਉਸ ਤੋਂ ਬਾਅਦ ਪਤਾ ਲੱਗਾ ਕਿ 6-7 ਹੋਰ ਵਿਦਿਆਰਥੀ ਵਿਦਿਆਰਥਣਾਂ ਵੀ ਇਸ ਕਿਸਮ ਦੇ ਹੀ ਜਿਹੜੇ ਕਿ ਉਸੇ ਕਾਲਜ ਦੇ ਵਿੱਚ ਸਨ, ਉਹਨਾਂ ਨੇ ਕਿਹਾ ਕਿ ਅਸੀਂ ਤਾਂ ਫੇਲ ਹੋ ਹੀ ਨਹੀਂ ਸਕਦੇ। ਔਰ ਉਹਨਾਂ ਦੀਆਂ ਫੀਸਾਂ ਕਾਫੀ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਇੱਕ ਦੀ ਲੜਕੀ ਦੀ $5,000 ਫੀਸ ਹੈ ਜੀ। ਸਰ, ਜਿਵੇਂ ਤੁਸੀਂ ਗੱਲ ਕੀਤੀ ਹੈ, ਇੱਥੇ ਵੀ ਬਹੁਤ ਸਾਰੇ ਸਟੂਡੈਂਟਸ ਇਹੋ ਜਿਹੇ ਹੈਗੇ ਆ। ਰੈਡ ਐਫ ਐਮ ਦੇ ਸ਼ੋਅ ਤੇ ਹੀ ਆਪਾਂ ਇੱਕ ਸਟੂਡੈਂਟ ਨੂੰ ਇਨਵਾਈਟ ਕੀਤਾ ਸੀ ਆਪਣੀ ਗੱਲ ਰੱਖਣ ਲਈ। ਉਹਨਾਂ ਦਾ ਨਾਮ ਹਰਮਨਦੀਪ ਕੌਰ, ਉਹ ਪੰਜਾਬ ਯੂਨੀਵਰਸਿਟੀ ਤੋਂ ਐਮ ਬੀ ਏ ਦੀ ਟੋਪਰ ਨੇ। ਉਹ ਉੱਥੇ ਟੋਪ ਕੀਤਾ ਉਹਨਾਂ ਨੇ ਵੀ ਯੂਨੀਵਰਸਿਟੀ ਲੈਵਲ ਦੇ ਉੱਤੇ ਤੇ ਉਹਨਾਂ ਨੂੰ 2 ਸਾਲ ਦਾ ਆਈ ਟੀ ਦਾ ਪਿੱਛੋਂ ਐਕਸਪੀਰੀਅੰਸ ਵੀ ਹੈ। ਉਹ ਕਹਿੰਦੇ ਕਿ ਟੋਪਰ ਹੋਣ ਦੇ ਬਾਵਜੂਦ ਇੱਥੇ ਮੈਨੂੰ 0 marks ਦੇ ਕੇ ਪਾਸ ਕੀਤਾ ਗਿਆ ਵੀ ਮੈਂ ਚੈਲੰਜ ਕਰਦੀ ਹਾਂ ਮੇਰੇ ਸਾਹਮਣੇ ਮੇਰਾ ਪੇਪਰ ਦਿਖਾਇਆ ਜਾਵੇ। ਸੋ ਯੂਨੀਵਰਸਿਟੀ ਨੂੰ ਸਟੂਡੈਂਟਸ ਇਹ ਵੀ ਕਹਿ ਰਹੇ ਨੇ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਨੂੰ ਪਾਸ ਕਰੋ, ਸਾਨੂੰ ਸਿਰਫ ਸਾਡੀਆਂ ਆਂਸਰ ਸ਼ੀਟਸ ਦਿਖਾਈਆਂ ਜਾਣ ਵੀ ਸਾਡੀ ਕਿੱਥੇ ਗਲਤੀ ਸੀ, ਕਿਸ ਬਿਨਾ ਦੇ ਉੱਤੇ ਸਾਨੂੰ ਜਿਹੜਾ 0 marks ਦਿੱਤੇ ਗਏ ਨੇ। ਔਰ ਯੂਨੀਵਰਸਿਟੀ ਚੁੱਪ ਹੈ? ਨਹੀਂ,
ਪਲੈਜਰਿਜ਼ਮ ਦਾ ਕਿ ਪਲੈਜਰਿਜ਼ਮ ਲਗਾਈ ਜਾ ਰਹੀ ਹੈ ਤੇ ਬੱਚਿਆਂ ਨੂੰ ਫੇਲ ਕੀਤਾ ਜਾ ਰਿਹਾ ਕਿ ਤੁਸੀਂ ਇੰਟਰਨੈਟ ਤੋਂ ਜ਼ਿਆਦਾ ਮੈਟੀਰੀਅਲ ਕੰਟੈਂਟ ਚੱਕ ਕੇ ਆਪਣੀਆਂ ਅਸਾਈਨਮੈਂਟਸ ਤੁਸੀਂ ਪੂਰੀਆਂ ਕੀਤੀਆਂ ਨੇ ਤੇ ਇਹ ਨਹੀਂ ਹੈ। ਤਰਜੀਤ ਬਹੁਤ ਬਹੁਤ ਮਿਹਰਬਾਨੀ ਸਮਾਂ ਦੇਣ ਲਈ, ਥੈਂਕ ਯੂ। ਸ਼ੁਕਰੀਆ ਜੀ। ਸ਼ੁਕਰੀਆ। ਤਰਨਜੀਤ ਜੀ ਰੈਡ ਐਫ ਐਮ ਦੇ ਰਿਪੋਰਟਰ ਨੇ ਸਾਡੇ, ਜਿਹੜੇ ਇਸ ਨਿਊਜ਼ ਦੇ ਨਾਲ ਉੱਥੇ ਡੀਲ ਕਰ ਰਹੇ ਨੇ। ਅਤੇ ਇਹ ਦਰਅਸਲ ਇਸ ਕਿਸਮ ਦੀਆਂ ਘਟਨਾਵਾਂ ਇੱਥੇ ਵੀ ਹੋ ਰਹੀਆਂ, ਇੱਕਾ ਦੁੱਕਾ ਘਟਨਾਵਾਂ ਹੋਣ ਕਰਕੇ ਜਾਂ ਵਿਖਰੀਆਂ ਹੋਣ ਕਰਕੇ, ਜਾਂ ਇੱਥੇ ਵਿਦਿਆਰਥੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਨੇ ਨਹੀਂ ਅਤੇ ਉਨੇ ਔਰਗੇਨਾਈਜ਼ਡ ਨਹੀਂ ਜਿੰਨੇ ਟੋਰਾਂਟੋ ਦੇ ਇਲਾਕੇ ਦੇ ਵਿੱਚ ਨੇ। ਉੱਥੇ ਹੈ ਵੀ ਵੱਡੀ ਗਿਣਤੀ 'ਚ ਨੇ ਅਤੇ ਔਰਗੇਨਾਈਜ਼ਡ ਵੀ ਜ਼ਿਆਦਾ ਨੇ, ਉੱਥੇ ਉਹਨਾਂ ਦੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ। ਸੋ ਇਹ ਸਮੱਸਿਆ, ਜੇ ਇਹ ਸਮੱਸਿਆ ਪੈਸੇ ਬਣਾਉਣ ਲਈ ਲਾਲਚਵਸ ਹੋ ਕੇ ਇਹ ਕਾਲਜਸ ਅਤੇ ਇਹ ਯੂਨੀਵਰਸਿਟੀਆਂ ਕਰਦੀਆਂ ਨੇ, ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੀਆਂ ਨੇ। ਐੱਮ ਬੀ ਏ ਪਾਸ ਕੀਤੀ ਹੋਈ ਯੂਨੀਵਰਸਿਟੀ ਦੀ ਟੋਪਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੋਪਰ ਵਿਦਿਆਰਥਣ ਕਿਵੇਂ ਫੇਲ ਹੋ ਸਕਦੀ ਜ਼ੀਰੋ ਲੈ ਕੇ, ਜਿਹਦੇ ਕਿ ਪਹਿਲਾਂ ਪੇਪਰ ਅਸਾਈਨਮੈਂਟਸ ਅਤੇ ਹੋਰ ਸਾਰਾ ਕੁਛ ਜਿਹੜਾ ਉਹ ਸਭ ਬਹੁਤ ਐਕਸਲੈਂਟ ਆ ਰਿਹਾ ਹੈ। ਸੋ ਇਸ ਦੇ ਵਿੱਚ ਪਲੇਗਰਿਜ਼ਮ ਹੈ ਕਿ ਨਕਲ ਮਾਰ ਕੇ ਜਾਂ ਕਿਤੋਂ ਹੋਰ ਸਮਾਨ ਚੋਰੀ ਕਰਕੇ, ਇਨਫੋਰਮੇਸ਼ਨ ਚੋਰੀ ਕਰਕੇ ਆਪਣੇ ਐਗਜ਼ਾਮ ਦੇ ਵਿੱਚ ਲਾ ਦੇਣੀ, ਇਸ ਦੇ ਦੋਸ਼ ਜਿਹੜੇ ਆ ਉਹ ਵੀ ਸਾਬਤ ਕਰਨੇ ਬੜੇ ਮੁਸ਼ਕਲ ਹੈ। ਔਰ ਸਾਬਤ ਉਹ ਕਰ ਨਹੀਂ ਰਹੇ, ਫੀਸਾਂ ਉਹ ਲੈ ਰਹੇ ਨੇ, $3,500 ਫੀਸਾਂ ਨੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਯੂਨੀਵਰਸਿਟੀ ਨੂੰ ਕਿੰਨਾ ਲਾਭ ਹੁੰਦਾ ਇਸ ਦੇ ਵਿੱਚੋਂ, ਜੇ 230 ਵਿਦਿਆਰਥੀ $3,500 ਫੀਸ ਦੁਬਾਰਾ ਭਰਦੇ ਨੇ। ਸੋ ਇਸ ਕਿਸਮ ਦੇ ਕਈ ਇੰਡੀਕੇਟਰ ਨੇ ਜਿਨ੍ਹਾਂ ਤੋਂ ਵਿਦਿਆਰਥੀ ਅਤੇ ਵਿਦਿਆਰਥਣਾਂ ਜਿਹੜੀਆਂ ਨੇ ਉਹ ਸ਼ੱਕ ਕਰ ਰਹੀਆਂ ਨੇ ਕਿ ਇਹ ਸਾਡਾ ਜਿਹੜਾ ਰਿਜ਼ਲਟ ਆਇਆ ਇਹ ਠੀਕ ਨਹੀਂ ਹੈ। ਇਹ ਗੱਲ ਤਰਨਜੀਤ ਦੀ ਬਿਲਕੁਲ ਠੀਕ ਆ ਕਿ ਵਿਦਿਆਰਥੀ ਅਤੇ ਵਿਦਿਆਰਥਣਾਂ ਇਹ ਨਹੀਂ ਕਹਿ ਰਹੇ ਕਿ ਸਾਨੂੰ ਪਾਸ ਕਰੋ, ਉਹ ਕਹਿੰਦੇ ਸਿਰਫ ਸਾਨੂੰ ਦਿਖਾਓ ਕਿ ਤੁਸੀਂ ਗਲਤੀ ਕਿੱਥੇ ਕੀਤੀ ਆ ਜਿਹਦੇ ਕਰਕੇ ਤੁਸੀਂ ਸਾਨੂੰ ਫੇਲ ਕਰ ਰਹੇ ਹੋ। ਜੇ ਉਹ ਨਹੀਂ ਦਿਖਾ ਰਹੇ ਤਾਂ ਫਿਰ ਸ਼ੱਕ ਪੈਦਾ ਹੁੰਦੀ ਹੈ ਕਿ ਕਿਤੇ ਇਹ ਕਾਲਜ ਅਤੇ ਯੂਨੀਵਰਸਿਟੀਆਂ ਪੈਸੇ ਬਣਾਉਣ ਲਈ ਲਾਲਚਵਸ ਹੋ ਕੇ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਨਹੀਂ ਖੇਡ ਰਹੇ। ਤੁਸੀਂ ਟੈਲੀਫੋਨ ਕਰਨਾ ਚਾਹੋ, ਮੇਰੇ ਕੋਲ 10-15 ਮਿੰਟ ਬਾਕੀ ਨੇ, ਆਪਣੀ ਓਪੀਨੀਅਨ ਦੇ ਸਕਦੇ। ਕੋਈ ਵਿਦਿਆਰਥੀ ਵਿਦਿਆਰਥਣ ਸੁਣ ਰਹੇ ਨੇ, ਕੀ ਤੁਹਾਡੇ ਨਾਲ ਇਸ ਤਰ੍ਹਾਂ ਵਾਪਰਿਆ ਹੈ? ਪਲੀਜ਼ ਕਾਲ 591-9311 604-591-9311 ਰੈਡ ਐਫ ਐਮ ਸੁਣ ਰਹੇ ਹੋ ਤੁਸੀਂ। ਸੁਰਿੰਦਰ ਤ੍ਰੇਹਣ ਜੀ, ਹੈਲੋ ਸੁਰਿੰਦਰ ਜੀ। ਮਿਸਟਰ ਸਿੰਘ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਠੀਕ ਹੈ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮਿਸਟਰ ਸਿੰਘ, ਜਦੋਂ ਨਾ ਇੱਥੇ ਸਾਡੇ ਇੰਟਰਨੈਸ਼ਨਲ ਸਟੂਡੈਂਟ ਇੰਡੀਆ ਤੋਂ ਆਉਂਦੇ ਹੈਗੇ, ਇਹ ਹਮੇਸ਼ਾ ਜਦੋਂ ਮੰਨ ਲਓ ਕਿਤੇ ਕਾਲਜ ਚੇਂਜ ਕਰਨ ਲਈ ਇਹਨਾਂ ਦਾ ਆਈਡੀਆ ਹੁੰਦਾ ਵੀ ਮੈਂ ਕਾਲਜ ਚੇਂਜ ਕਰਨਾ, ਮੋਸਟਲੀ ਇਹ 2-3-4 ਦਿਨ ਪਹਿਲਾਂ ਆਉਂਦੇ ਆ। ਜਦੋਂ ਇਹ ਕਾਲਜ ਚੇਂਜ ਕਰਨ ਜਾਂਦੇ ਆ ਨਾ, ਤੇ ਉੱਥੇ ਇਹਨਾਂ ਨੂੰ ਕਿਹਾ ਜਾਂਦਾ ਆ ਕਿ ਤੁਸੀਂ ਦੂਜੇ ਕਾਲਜ ਤੋਂ ਅਸੈਪਟੈਂਸ ਲੈਟਰ ਲੈ ਕੇ ਆਓ। ਇਹ ਬਹੁਤ ਵੱਡਾ ਫਲੋ ਹੈ, ਕਿਸੇ ਨੂੰ ਪਤਾ ਨਹੀਂ ਹੈ ਕਿ ਤੁਹਾਨੂੰ ਲੋੜ ਨਹੀਂ ਹੈ ਦੂਜੇ ਕਾਲਜ ਤੋਂ ਲੈ ਕੇ ਲੈਟਰ ਦਿਖਾਉਣ ਦੀ, ਇਹ ਡਰਾਉਂਦੇ ਆ ਸਟੂਡੈਂਟ ਨੂੰ। ਅੱਛਾ। ਕਈ ਵਾਰੀ ਕੀ ਕਰਦੇ ਆ, ਇਹ ਕਹਿੰਦੇ ਤੁਸੀਂ ਇੱਦਾਂ ਕਰੋ, ਬੈਠੋ ਨਾਲੇ ਦੂਜੇ ਨੂੰ ਫੋਨ ਕਰੋਗੇ, ਅੱਛਾ ਪੀਟਰ ਕੈਨ ਯੂ ਪਲੀਜ਼ ਇਨਫੋਰਮ CBSA ਔਰ ਇਮੀਗ੍ਰੇਸ਼ਨ ਦੈਟ ਦਿਸ ਗਾਇਜ਼ ਵਾਂਟ ਟੂ ਵਿਦਡਰਾਅ ਦਾ ਕੋਰਟ। ਇਹ ਵੀ ਬਿਲਕੁਲ ਸਕੈਮ ਹੈਗਾ। ਅੱਛਾ, ਬਿਤਾ ਕੇ ਵਿਦਿਆਰਥੀ ਸੁਣ ਲਵੇ ਤੇ ਜਰਕ ਜਾਏ। ਹਾਂ, ਜਰਕ ਜਾਵੇ, ਉਹ ਡਰ ਕੇ ਮਾਰੀ ਜਾਵੇ ਨਾ। ਫਿਰ ਜੇ ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਤੁਸੀਂ ਦੂਜੇ ਕਾਲਜ ਤੋਂ ਲੈਟਰ ਲੈ ਕੇ ਆਓ, ਉਹ ਬਿਲਕੁਲ ਬਿਲਕੁਲ ਵੀ ਵੈਲਿਡ ਨਹੀਂ ਹੈ ਰੀਜ਼ਨ, ਲਾਈਕ ਤੁਹਾਨੂੰ ਯੂ ਡੋਂਟ ਨੀਡ ਟੂ, ਤੁਹਾਨੂੰ ਕਿਤੇ ਵੀ ਲਿਖਿਆ ਨਹੀਂ ਹੁੰਦਾ। ਔਰ ਅਗਰ ਤੁਸੀਂ ਆਪਣਾ ਕੋਰਸ ਦੋ ਦਿਨ ਪਹਿਲਾਂ ਵਿਦਡਰਾਅ ਕਰਦੇ ਆ, ਜਦੋਂ ਕਾਲਜ ਤੋਂ ਐਂਟਰ ਕਰਨ ਤੋਂ ਪਹਿਲਾਂ ਤੁਸੀਂ ਓਰੀਐਂਟੇਸ਼ਨ ਨਹੀਂ ਕੀਤੀ, ਤੁਸੀਂ ਕਾਲਜ 'ਚ ਪਾਰਟੀਸਪੇਟ ਨਹੀਂ ਕੀਤਾ, ਔਰ ਜੇ ਆਪਣਾ ਕੋਰਸ ਵਿਦਡਰਾਅ ਕਰਨਾ ਮੰਗਦੇ ਹੋ, ਤੁਹਾਨੂੰ 100% ਫੀਸ ਰਿਫੰਡ ਕਰਨੀ ਪੈਂਦੀ ਹੈ ਉਹਨੂੰ, ਮਾਈਨਸ ਐਡਮਿਸ਼ਨ ਫੀਸ ਜਿਹੜੀ ਕਿ $150 ਜਾਂ $200 ਹੁੰਦੀ ਹੈ। ਪਰ ਇਹ ਹਮੇਸ਼ਾ ਕਹਿਣਗੇ ਤੇਰੇ 5,000 ਕੱਟ ਜੂਗੇ, ਤੇਰੇ 10,000 ਕੱਟ ਜੂਗੇ। ਉਧਰੋਂ ਦੀ ਏਜੰਟ ਇੰਡੀਆ ਡਰਾ ਰਿਹਾ ਹੁੰਦਾ ਕਿ ਅਗਰ ਤੁਸੀਂ ਕਾਲਜ ਵਿਦਡਰਾਅ ਕਰਾਇਆ ਤਾਂ ਡਿਪੋਰਟੇਸ਼ਨ ਹੋ ਜੂਗੀ, ਤੁਸੀਂ ਦੂਜੇ ਕਾਲਜ ਜਾ ਨਹੀਂ ਸਕਦੇ, ਤੁਹਾਡੇ 5,000 ਕੱਟੋਗੇ, ਕਿਉਂਕਿ ਉਹਦਾ ਕਮਿਸ਼ਨ ਕੱਟ ਰਿਹਾ ਹੁੰਦਾ ਉੱਥੇ ਬੈਠੇ। ਸੋ ਜੇ ਵਿਦਿਆਰਥੀ ਚਾਹੇ ਤਾਂ ਦੂਜੇ ਕਾਲਜ 'ਚ ਜਾ ਸਕਦਾ, ਪਹਿਲੇ ਤੋਂ ਫੀਸ ਵਾਪਸ ਲੈ ਸਕਦਾ, 100% ਲੈ ਸਕਦਾ ਅਗਰ ਉਹਨੇ ਓਰੀਐਂਟੇਸ਼ਨ ਅਟੈਂਡ ਨਹੀਂ ਕੀਤੀ ਤਾਂ ਕਰਕੇ। ਔਰ ਅਗਰ ਫਿਰ ਪਤੇ ਕਰਨ ਨਹੀਂ ਦਿੰਦੇ, ਡਾ ਦਿੰਦੇ ਇੰਨਾ ਕਿ ਉਹਨੂੰ ਕਿ ਬੰਦਾ ਨਾ ਉਹ ਜਾਣ ਜੋਗਾ ਨਾ ਉਹ ਪੈਸੇ ਮੰਗਣ ਜੋਗਾ। ਰੱਖ ਲਓ, ਕਈ ਬਹੁਤ ਸਾਰੇ ਕੁੜੀਆਂ ਮੁੰਡੇ ਇੱਥੇ ਕਾਲਜ ਆਉਂਦੇ ਆ ਜਿਹਨਾਂ ਦਾ ਵਰਕ ਪਰਮਿਟ ਹੀ ਕੋਈ ਨਹੀਂ ਹੁੰਦਾ, ਔਰ ਉਹ ਕਹਿੰਦੇ ਸਾਨੂੰ ਤਾਂ ਪਤਾ ਲੱਗਾ ਇੱਥੇ ਆ ਕੇ, ਫਿਰ ਜੋ ਵਿਦਡਰਾਅ ਕਰਦੇ ਕਹਿੰਦੇ ਨਹੀਂ ਤੇਰੇ 8,000 ਕੱਟਣੇ, ਤੇਰੇ 6,000 ਕੱਟਣੇ ਆ, ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ, ਕਹਿੰਦੇ ਚਲੋ ਕੋਈ ਨਹੀਂ ਕੱਟ ਲੜੇ ਕੱਟਣੇ ਆ। ਥੈਂਕ ਯੂ ਜੀ। ਅਜ਼ੀਜ਼, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਜ਼ੀਜ਼ ਸਾਹਿਬ, ਮੈਂ ਇਹ ਪੁੱਛਣਾ ਚਾਹੁੰਦਾ ਜੀ ਕਿ ਜਿਹੜੇ ਇੱਥੇ
ਦੇ ਫੋਰਨ ਬੱਚੇ ਹੈ ਨੇ ਕੈਨੇਡੀਅਨ ਨੇ ਉਹਨਾਂ ਨਾਲ ਵੀ ਇਹ ਸਮੱਸਿਆ ਹੋ ਰਹੀ ਹੈ ਕਿ ਨਹੀਂ ਨਹੀਂ ਇਹ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਏ ਹੋਏ ਨੇ ਜਿਨ੍ਹਾਂ ਦੀਆਂ ਫੀਸਾਂ ਲੋਕਲ ਵਿਦਿਆਰਥੀਆਂ ਨਾਲੋਂ ਦੁੱਗਣੀਆਂ ਤਿੱਗਣੀਆਂ ਨੇ ਉਹਨਾਂ ਨਾਲ ਜ਼ਿਆਦਾ ਹੋ ਰਿਹਾ ਓਕੇ ਇਹੀ ਪੁੱਛਣਾ ਸੀ ਥੈਂਕ ਯੂ ਹੈ ਸੈਮ ਸੈਮ ਲਾਈਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਭਾਜੀ ਮੈਂ ਇੱਕ ਗੱਲ ਸੁਣਾਉਣਾ ਚਾਹੁੰਦਾ ਜੀ ਮੈਂ ਪਹਿਲਾਂ ਕਾਲਜ ਅਲੈਗਜ਼ੈਂਡਰ ਕਾਲਜ ਦਾ ਸਟੂਡੈਂਟ ਸੀਗਾ ਜੀ ਅੱਛਾ ਤੇ ਸਾਡੇ ਕਾਲਜ ਵਾਲੇ ਇਹ ਕਹਿੰਦੇ ਆ ਜੀ ਮੈਂ ਜਿਵੇਂ ਪ੍ਰਾਈਵੇਟ ਕਾਲਜ ਆ ਤੇ ਉਹ ਨਾ ਮੈਂ ਨਾ ਹੀ ਉਹਨਾਂ ਨੇ ਫੀਸ ਵਾਪਸ ਕੀਤੀ ਤੇ ਨਾ ਹੀ ਮੈਨੂੰ ਉਹਨਾਂ ਨੇ ਕੋਰਸ ਦਿੱਤੇ ਜੀ ਫਿਰ ਤੇ ਮਤਲਬ ਇਹ ਸਿਚੁਏਸ਼ਨ ਚ ਆ ਕੇ ਬੰਦਾ ਬਹੁਤ ਬਾਉਂਡ ਹੋ ਜਾਂਦਾ ਸੋ ਇਹ ਬਹੁਤ ਗਲਤ ਚੀਜ਼ ਆ ਜਿੱਥੇ ਤੱਕ ਮੈਨੂੰ ਲੱਗਦਾ ਕਿ ਕੋਰਸ ਵੀ ਨਹੀਂ ਦੇ ਰਹੇ ਉਸ ਤੋਂ ਬਾਅਦ ਜੀ ਪ੍ਰਾਈਵੇਟ ਕਾਲਜ ਅਸੀਂ ਬਾਹਰੋਂ ਐਡਮਿਸ਼ਨ ਲੈਂਦੇ ਹਾਂ ਜੀ ਸੋ ਇਸ ਚੀਜ਼ ਦਾ ਕੋਈ ਸੋਲੂਸ਼ਨ ਹੋਣਾ ਚਾਹੀਦਾ ਲਾਈਕ ਪ੍ਰਾਈਵੇਟ ਕਾਲਜ ਨੂੰ ਕੋਈ ਨਾ ਕੋਈ ਕਰਨਾ ਚਾਹੀਦਾ ਇਸ ਚੀਜ਼ ਬਾਰੇ ਥੈਂਕ ਯੂ ਪ੍ਰਦੀਪ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੈਂ ਨਾ ਤੁਹਾਨੂੰ ਇੱਕ ਕਾਲਜ ਦੀ ਗੱਲ ਦੱਸ ਰਿਹਾ ਹੈਗਾ ਵੈਸੇ ਮੈਂ ਸਟੂਡੈਂਟ ਤਾਂ ਨਹੀਂ ਹੈਗਾ ਪਰ ਮੈਂ ਸਟੂਡੈਂਟ ਦਾ ਵਿਚਰਦਾ ਰਹਿੰਦਾ ਹੈਗਾ ਇੱਕ ਹੈਗੀ ਆ ਕੈਨੇਡਾ ਵੈਸਟ ਯੂਨੀਵਰਸਿਟੀ ਸੋਰੀ ਮੈਨੂੰ ਨਾਮ ਲੈਣਾ ਹੀ ਪੈਣਾ ਦੱਸ ਓਕੇ ਕੋਈ ਗੱਲ ਨੀ ਇਹ ਹੈਗੀ ਆ ਡਾਊਨ ਟਾਊਨ ਦੇ ਵਿੱਚ ਇਹ ਬੱਚੇ ਉੱਤੇ ਮੈਨੂੰ ਕਈ ਵਾਰ ਮਤਲਬ ਕਿ ਮੌਕਾ ਮਿਲਿਆ ਇਹਨਾਂ ਨਾਲ ਮਿਲਣ ਦਾ ਕਾਫੀ ਵਾਰ ਮੈਂ ਇੱਦਾਂ ਹੀ ਰਹਿੰਦਾ ਹੈਗਾ ਉਹ ਕੰਪਲੇਂਟ ਉਹਨਾਂ ਦੀ ਇਹੀ ਆ ਕਿ ਵੀ ਸਾਥੋਂ ਫੀਸਾਂ ਭਰਾਈਆਂ ਸਾਨੂੰ ਪੜ੍ਹਾ ਨੀ ਰਹੇ ਹੈਗੇ ਸਾਨੂੰ ਕਹਿੰਦੇ ਖੁਦ ਪੜ੍ਹੋ ਇਹਨਾਂ ਕੋਲ ਕੋਈ ਨੌਲੇਜ ਨੀ ਉਦੋਂ ਵੱਧ ਤਾਂ ਨੌਲੇਜ ਸਾਡੇ ਕੋਲ ਆ ਜਿਹੜੀ ਸਾਨੂੰ ਦੇ ਰਿਹਾ ਇੱਕ ਇਹਨਾਂ ਨੇ ਢੌਂਗ ਬਣਾਇਆ ਹੋਇਆ ਸਟੂਡੈਂਟਾਂ ਤੋਂ ਪੈਸੇ ਇਕੱਠੇ ਕਰਨ ਦਾ ਤੇ ਪੈਸੇ ਇਕੱਠੇ ਕਰੀ ਜਾਂਦੇ ਇਹਨਾਂ ਨੂੰ ਪੁੱਛਣ ਵਾਲਾ ਕੋਈ ਨੀ ਮੈਂ ਤਾਂ ਤੁਹਾਡੇ ਰੇਡੀਓ ਦੇ ਥਰੂ ਇਹੀ ਅਪਰੋਚ ਕਰਨਾ ਚਾਹੁੰਦਾ ਜੇ ਕੋਈ ਸੁਣਦਾ ਹੋਵੇ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਵੀ ਇਹ ਕਿਉਂ ਹੋ ਰਿਹਾ ਹੈਗਾ ਥੈਂਕ ਯੂ ਸੋ ਮਚ ਸਰ ਥੈਂਕ ਯੂ ਇਹ ਪਹਿਲਾਂ ਵੀ ਸ਼ਿਕਾਇਤ ਆਈ ਸੀ ਕਿ ਐਕਚੁਅਲ ਜਿਹੜੀ ਆ ਉਹ ਪੜ੍ਹਾਈ ਨਹੀਂ ਕਰਾ ਰਹੇ ਉਹਨਾਂ ਨੂੰ ਕਹਿ ਰਹੇ ਆ ਕਿ ਵਰਚੁਅਲ ਤੁਸੀਂ ਕਲਾਸਿਸ ਅਟੈਂਡ ਕਰੋ ਦਰਅਸਲ ਹੁਣ ਕਰੋਨਾ ਤਾਂ ਚਲਾ ਗਿਆ ਕੋਵਿਡ-19 ਤਾਂ ਹੈ ਨਹੀਂ ਹਕੀਕਤ ਇਹ ਆ ਕਿ ਉਹ ਕਾਲਜ ਹੀ ਇੱਕ ਕਮਰੇ 'ਚ ਨੇ ਇੱਕ 10x10 ਦਾ ਕਮਰਾ ਜਾਂ 8x10 ਦਾ ਇੱਕ ਕਮਰਾ ਜਿਹਦੇ ਵਿੱਚ 2-3 ਬੰਦੇ ਬੈਠੇ ਆ ਡੈਸਕ ਲਾ ਕੇ ਅਤੇ ਉੱਥੋਂ ਉਹ ਓਪਰੇਟ ਕਰ ਰਹੇ ਆ ਸੋ ਚਿੱਠੀਆਂ ਉਹ ਇਸ਼ੂ ਕਰ ਸਕਦੇ ਆ ਚਿੱਠੀਆਂ ਦੇ ਆਧਾਰ ਦੇ ਉੱਤੇ ਸਟੂਡੈਂਟਸ ਮੁਣਾ ਮੂੰਹ ਆ ਗਏ ਆ ਲੇਕਿਨ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਕੰਪਿਊਟਰ 'ਤੇ ਪੜ੍ਹੋ ਔਨਲਾਈਨ ਸਾਡੇ ਨਾਲ ਜਿਹੜੇ ਕੋਰਸ ਆ ਉਹ ਕਰੋ ਪਰ ਉੱਥੇ ਜੇ ਐਕਚੁਅਲੀ ਕਲਾਸਰੂਮ ਬਣਾ ਕੇ ਜਿੱਥੇ ਬਲੈਕ ਬੋਰਡ ਹੋਵੇ ਜਾਂ ਉੱਥੇ ਬੈਠ ਕੇ ਪੜ੍ਹ ਸਕਣ ਅਧਿਆਪਕ ਉਹਨਾਂ ਨੂੰ ਪੜ੍ਹਾ ਸਕੇ ਉਸ ਤਰ੍ਹਾਂ ਦਾ ਇੰਤਜ਼ਾਮ ਹੈ ਹੀ ਨਹੀਂ ਕਈ ਕਾਲਜ ਹੁਣ ਸੇਲ 'ਤੇ ਲੱਗੇ ਹੋਏ ਆ ਕਿਉਂਕਿ ਕਾਫੀ ਵਿਦਿਆਰਥੀਆਂ 'ਚ ਜਾਗਰੂਕਤਾ ਪੈਦਾ ਹੋ ਰਹੀ ਹੈ ਖਾਸ ਤੌਰ ਦੇ ਉੱਤੇ ਟੋਰਾਂਟੋ ਵਰਗੇ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਵੇਂ ਵਿਦਿਆਰਥੀ ਧਰਨੇ ਲਾ ਰਹੇ ਨੇ ਔਰ ਇਹਨਾਂ ਕਾਲਜਸ ਦੀਆਂ ਜਿਹੜੀਆਂ ਧਾਂਦਲੀਆਂ ਅਤੇ ਜ਼ਿਆਦਤੀਆਂ ਦੇ ਵਿਰੁੱਧ ਇਕੱਠੇ ਹੋ ਰਹੇ ਨੇ ਕੁਲਵੰਤ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਇੱਥੇ ਦੇ ਆਪਣੇ ਵੈਨਕੂਵਰ ਦੇ ਬੜਾ ਬੈਸਟ ਕਾਲਜ ਸਾਰੇ ਕਹਿੰਦੇ BCC ਕਾਲਜ ਉੱਥੇ ਦੀ ਗੱਲ ਦੱਸ ਮੇਰੀ ਕਜ਼ਨ ਆਈ ਇੰਡੀਆ ਤੋਂ ਤੇ ਉਹਨੇ $21,000 ਕੁਛ ਡਾਲਰ ਪੇ ਕੀਤੇ ਸੀ ਫੀਸ ਦੇ ਉੱਤੇ ਜਦੋਂ ਅਸੀਂ ਉੱਥੇ ਗਏ ਉਹਨੂੰ ਲੈ ਕੇ ਤੇ ਉਹ ਕਹਿੰਦੇ ਇਹਦੀ ਤਾਂ ਰਜਿਸਟ੍ਰੇਸ਼ਨ ਹੀ ਹੈ ਨੀ ਇੱਥੇ ਤੇ ਜਦੋਂ ਮਤਲਬ 2-3 ਦਿਨ ਸਾਨੂੰ ਉੱਥੇ ਜਾਣਾ ਪਿਆ ਤੇ ਮਗਰੋਂ ਨੀ ਉਹਨਾਂ ਦਾ ਜਿਹੜਾ BCC ਕਾਲਜ ਦੇ ਵਿੱਚ ਇਹਨਾਂ ਦਾ ਆਫਿਸ ਬਣਿਆ ਆਪਣੇ ਇੰਟਰਨੈਸ਼ਨਲ ਸਟੂਡੈਂਟ ਵਾਲਿਆਂ ਦਾ ਉਹ ਥੱਲੇ ਮਤਲਬ ਥੱਲੇ ਦੀ ਫਲੋਰ ਦੇ ਉੱਤੇ ਉੱਥੇ ਸਾਰੀਆਂ ਏਸ਼ੀਅਨ ਕੁੜੀਆਂ ਬੈਠੀਆਂ ਤੁਹਾਡੇ ਨਾਲ ਕੋਈ ਚੱਜ ਨਾਲ ਗੱਲ ਕਰਦਾ ਉਹ ਤੇ ਉਹਨਾਂ ਨੇ ਸਾਡੀ ਫੀਸ ਕੁੜੀ ਦਾ ਉਹਨਾਂ ਨੂੰ ਕਹਿੰਦੇ ਵੀ ਤੈਨੂੰ ਕਲਾਸਾਂ ਹੀ ਨੀ ਮਿਲਣੀਆਂ ਜੇ ਤੈਨੂੰ ਮਿਲਣੀਆਂ ਕਲਾਸਾਂ ਤੇ ਤੈਨੂੰ ਸਪਟੰਬਰ 'ਚ ਮਿਲਣੀਆਂ ਸੋ ਸਪਟੰਬਰ ਤੱਕ ਉਹਦੇ ਕੋਈ ਇੱਥੇ ਦਾ ਮਤਲਬ ਕੋਈ ਹੈ ਨੀ ਸੀ ਸਟੂਡੈਂਟ ਵਾ ਜਾਂ ਕੀ ਹੈ ਇੱਥੇ ਹਨਾ ਸਾਨੂੰ ਉਹ ਕਾਲਜ ਉੱਥੋਂ ਰਿਮੂਵ ਕਰਾਉਣਾ ਪਿਆ ਉਹਦਾ ਕੁੜੀ ਦਾ ਤੇ ਉਹਨਾਂ ਨੇ 5,000 ਫੀਸ ਵਿੱਚੋਂ ਰੱਖੀ ਵੈਨਕੂਵਰ ਕਮਿਊਨਿਟੀ ਕਾਲਜ ਦੀ ਗੱਲ ਕਰ ਰਹੀ ਹਾਂ ਹੋਰ ਤਾਂ ਜਿਹੜੇ ਹੈਗੇ ਹੀ ਹੈਗੇ ਆ ਜਿਹੜੇ ਕਰਦੇ ਵੈਨਕੂਵਰ ਕਮਿਊਨਿਟੀ ਕਾਲਜ ਦੀ ਗੱਲ ਕਰ ਰਹੀ ਹਾਂ ਫਿਰ ਤੁਸੀਂ ਗਾਂ ਕੋਈ ਇਹਦੀ ਅਪੀਲ ਵਕੀਲ ਕੋਈ ਕੀਤਾ ਜਾਂ ਕਿਸੇ ਨੂੰ ਪੁੱਛਿਆ ਹਾਂਜੀ ਅਸੀਂ ਫਿਰ ਉਹਨਾਂ ਨੂੰ ਅਪੀਲ ਕੀਤੀ ਸੀਗੀ ਪਰ ਅਪੀਲ ਦੇ ਵਿੱਚ ਵੀ ਇਹਨਾਂ ਨੇ $5,000 ਹਾਲੇ ਥੱਲੇ ਰੱਖਿਆ ਆ ਉਹਨਾਂ ਨੇ 17,000 ਕੁਛ ਫੀਸ ਮੋੜੀ ਉਹ ਵੀ ਇੱਥੇ ਨੀ ਫਿਰ ਸਾਨੂੰ ਕੁੜੀ ਦਾ ਕਾਲਜ ਮੂਵ ਕਰਾਉਣਾ ਪਿਆ ਇੱਥੇ ਤੇ ਉਹ ਜਿਹੜੀ ਫੀਸ ਵੀ ਆ ਉਹ ਇੰਡੀਆ ਭੇਜੀ ਆ ਐ ਨੀ ਪੀ ਉਹ ਕੁੜੀ ਦੇ ਕੁੜੀ ਨੇ ਜਦੋਂ ਪੇ ਕੀਤੀ ਆ ਤਾਂ ਕੁੜੀ ਨੂੰ ਇੱਥੇ ਮਿਲ ਜਾਵੇ ਫਿਰ ਉਹ ਤਾਂ ਉਹਨਾਂ ਦਾ ਪ੍ਰੋਸੀਜਰ ਹੋਣਾ ਚਲੋ ਪੈਸੇ ਮਿਲ ਤਾਂ ਗਏ ਪਰ ਦੇਖੋ ਇਹ ਤੁਹਾਡੀ ਸਾਈਡ ਆ
ਕਾਲਜ ਦੀ ਕੀ ਸਾਈਡ ਹੋਏਗੀ ਇਹ ਉਹਨਾਂ ਦੀ ਗੱਲ ਸੁਣ ਕੇ ਪਤਾ ਲੱਗੇਗਾ। ਹੈਲੋ ਜੀ ਵੀਰ ਜੀ, ਇਹ ਫਰੋਡ ਸਾਰੇ ਕਿਤੇ ਚੱਲ ਰਿਹਾ, ਤੁਹਾਡੇ ਸਕੋਟ ਰੋਡ ਦੇ ਉੱਤੇ ਇੱਕ ਕਾਲਜ ਹੈ ਜੀ, ਉਹਨੇ ਵੀ ਪਿੱਛੇ ਜੇ ਨਾ 30-35 ਨਿਆਣੇ ਫੇਲ ਕਰਦੇ ਜੀ, ਇਸ ਕਰਕੇ ਵੀ ਉਹਨਾਂ ਨੂੰ ਅੱਗੇ ਆ ਕੇ ਵਿਦਿਆਰਥੀ ਵੱਧ ਮਿਲ ਸਕਣ ਤੇ ਗੌਰਮੈਂਟ ਵੱਲੋਂ ਅਪਰੂਵ ਹੋ ਸਕਣ ਵੀ ਬਾਹਰੋਂ ਵੀਜ਼ੇ ਲੱਗ ਸਕਣ ਸਟੂਡੈਂਟ। ਤੇ ਇਹ ਫਰੋਡ ਲੰਬਿਆਂ ਕਾਫੀ ਡੀਪ ਆ, ਸਭ ਤੋਂ ਵੱਡਾ ਇਹਦਾ ਸ਼ਿਕਾਰ ਇੰਟਰਨੈਸ਼ਨਲ ਸਟੂਡੈਂਟ ਹੋ ਰਿਹਾ ਤੇ ਬਹੁਤ ਤਕੜੇ ਤਰੀਕੇ ਨਾਲ ਹੋ ਰਿਹਾ ਜੀ, ਇਹ ਤੇ ਬਹੁਤ ਜਲਦੀ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਇਹ ਨਿਆਣਿਆਂ ਦੇ ਉੱਥੋਂ ਵਿਚਾਰੇ ਜਿਹੜੇ ਆਪਣੇ ਕਰਜ਼ਾ ਚੱਕ ਕੇ ਆਉਂਦੇ ਆ ਜੀ, ਉਹਨਾਂ ਲਈ ਬਹੁਤ ਹਾਰਡ ਆ ਤੇ ਉਹ ਇੱਥੇ ਆ ਕੇ ਤੰਗ ਵੀ ਹੁੰਦੇ ਆ, ਈਵਨ ਕੁੜੀਆਂ ਜਿਹੜੀਆਂ ਵਧੀਆ ਪੜ੍ਹੀਆਂ ਉਹਨਾਂ ਨੂੰ ਵੀ ਉਸ ਕਾਲਜ ਨੇ ਫੇਲ ਕਰਤਾ ਜੀ। ਸਕੋਟ ਰੋਡ ਦੇ ਉੱਤੇ ਕਾਲਜ ਹੈ ਜੀ। ਥੈਂਕ ਯੂ। ਖੈਰ ਇਹਦੇ ਲਈ ਕੋਈ ਨਾ ਕੋਈ ਕਿਸੇ ਨਾ ਕਿਸਮ ਦਾ ਕੋਈ ਸਬੂਤ ਦੇ ਕੇ ਸਾਬਤ ਕਰਨਾ ਪਏਗਾ, ਫਿਰ ਹੀ ਇਸ ਦੇ ਉੱਤੇ ਕੋਈ ਪੁਖਤਾ ਕਾਰਵਾਈ ਕੀਤੀ ਜਾ ਸਕਦੀ ਹੈ। ਵਰਨਾ ਐਕੁਜ਼ੀਸ਼ਨਸ ਨੇ ਜਦੋਂ ਵਾਰ ਵਾਰ ਐਕੁਜ਼ੀਸ਼ਨਸ ਲੱਗ ਰਹੀਆਂ ਟੋਰਾਂਟੋ ਤੋਂ ਲੈ ਕੇ ਸਕੋਟ ਰੋਡ ਤੱਕ, ਵੈਂਕੂਵਰ ਤੱਕ, ਤਾਂ ਦਾਲ 'ਚ ਕਾਲਾ ਕੋਈ ਜ਼ਰੂਰ ਹੋ ਸਕਦਾ ਹੈ, ਲੇਕਿਨ ਜਿੰਨੀ ਦੇਰ ਤੱਕ ਕੋਈ ਕਲਾਸ ਐਕਸ਼ਨ ਲਾਸੂਟ ਨਹੀਂ ਹੁੰਦਾ, ਜਿੰਨੀ ਦੇਰ ਤੱਕ ਅਦਾਲਤ ਦੇ ਵਿੱਚ ਇਹ ਦੋਸ਼ ਸਾਬਤ ਨਹੀਂ ਹੁੰਦੇ, ਜਿੰਨੀ ਦੇਰ ਤੱਕ ਕੋਈ ਪੁਖਤਾ ਸਬੂਤ ਨਹੀਂ ਮਿਲਦੇ, ਉਨੀ ਦੇਰ ਤੱਕ ਅਸੀਂ ਇਸ ਬਾਰੇ 'ਚ ਗੱਲਬਾਤ ਤਾਂ ਕਰ ਸਕਦੇ ਹਾਂ ਬਿਨਾਂ ਨਾ ਲਏ ਤੋਂ, ਜਾਂ ਅਸੀਂ ਸਾਵਧਾਨੀਆਂ ਵਰਤਦਿਆਂ ਹੋਇਆਂ ਕਥਿਤ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦੇ ਹਾਂ, ਲੇਕਿਨ ਉਨੀ ਦੇਰ ਤੱਕ ਕੋਈ ਐਕਸ਼ਨ ਨਹੀਂ ਲਿਆ ਜਾਣਾ ਜਿੰਨੀ ਦੇਰ ਤੱਕ ਇਹ ਗੱਲ ਸਾਬਤ ਨਹੀਂ ਹੋ ਜਾਂਦੀ। ਹਾਂ, ਇਹ ਗੱਲ ਜ਼ਰੂਰ ਹੈ ਕਿ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਜਾਂ ਸਾਡੇ ਐਡਮਿਨਿਸਟ੍ਰੇਸ਼ਨ ਦੇ ਪ੍ਰਸ਼ਾਸਨ ਦਾ ਕੰਮ ਕਰਨ ਵਾਲੇ ਸਾਡੇ ਮੈਂਬਰ ਪਾਰਲੀਮੈਂਟ ਨੇ ਜਾਂ MLAs ਨੇ, ਐਜੂਕੇਸ਼ਨ ਮਿਨਿਸਟਰ ਨੇ, ਉਹਨਾਂ ਦੀ ਜ਼ਿੰਮੇਵਾਰੀ ਜ਼ਰੂਰ ਬਣ ਜਾਂਦੀ ਹੈ ਕਿ ਉਹ ਇਸ ਦੇ ਵੱਲ ਤਵੱਜੋ ਦੇਣ। ਸਾਡਾ ਵੀ ਮਕਸਦ ਇਹੀ ਹੈ ਇਸ ਪ੍ਰੋਗਰਾਮ ਨੂੰ ਬ੍ਰੌਡਕਾਸਟ ਕਰਨ ਦਾ, ਤਾਂ ਕਿ ਇਹ ਰਿਕਾਰਡ ਪ੍ਰੋਗਰਾਮ ਉਹਨਾਂ ਤੱਕ ਪਹੁੰਚਦੇ ਨੇ, ਉਹ ਇਹਦੇ ਵੱਲ ਤਵੱਜੋ ਦੇਣ, ਤਾਂ ਕਿ ਨਿਪ ਦਾ ਈਵਲ ਇਨ ਦਾ ਬੱਡ। ਹੁਣ ਜਿਹੜੀ ਇਹ ਸਿਸਟਮ ਸ਼ੁਰੂ ਹੋ ਰਿਹਾ, ਪਹਿਲਾਂ ਤਾਂ ਤੁਸੀਂ ਮੰਗਾ ਲਏ ਵਿਦਿਆਰਥੀਆਂ ਤੋਂ ਪੈਸੇ ਡਬਲ ਟ੍ਰਿਪਲ ਫੀਸਾਂ ਲੈ ਕੇ, ਇਹ ਵੀ ਤੁਸੀਂ ਕਲੇਮ ਕਰਦੇ ਰਹੇ ਕਿ ਸੌਫਟਵੁੱਡ ਲੰਬਰ ਨਾਲੋਂ ਵੱਧ ਸਾਨੂੰ ਆਮਦਨੀ ਵਿਦਿਆਰਥੀਆਂ ਤੋਂ ਹੋ ਰਹੀ ਆ, ਪਰ ਇਹ ਜਿਹੜੀ ਆਮਦਨੀ ਹੋ ਰਹੀ ਆ ਇਹਨੂੰ ਬਰਕਰਾਰ ਕਿਵੇਂ ਰੱਖਣਾ, ਇਸ ਦੇ ਵਿੱਚ ਟਰਾਂਸਪੇਰੈਂਸੀ ਕਿਵੇਂ ਹੋਣੀ ਆ, ਉਹਨਾਂ ਵਿਦਿਆਰਥੀਆਂ ਨੇ ਜਿਹੜੇ ਬਹੁਤ ਔਖੇ ਹੋ ਕੇ ਫੀਸਾਂ ਦੇ ਰਹੇ ਨੇ ਤਿਗਣੀਆਂ ਚੌਗਣੀਆਂ, ਉਹਨਾਂ ਨੂੰ ਪ੍ਰੋਟੈਕਟ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਹੈ। ਔਰ ਜੇ ਤੁਸੀਂ ਇਹ ਸੌਫਟਵੁੱਡ ਲੰਬਰ ਤੋਂ ਵੱਧ ਪੈਸੇ ਕਮਾ ਰਹੇ ਹੋ, ਤਾਂ ਉਹਨਾਂ ਨੂੰ ਉਹਨਾਂ ਪੈਸਿਆਂ ਦਾ ਮੁੱਲ ਮੋੜਨਾ ਵੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ।